ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਆ ਮੇਰਾ ਮਤ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਤਨ ਮਨ ਥੀਵੈ ਨਾਨਕ ਨਾਮ ਮਿਲੈ ਤਾਂ ਤਨ ਮਨ ਥੀਵੈ ਬਹੁ ਸਾਸਤਰ ਬਹੁ ਸਿਮਰਤ ਵੇਖੈ ਸਰਬ ਟੰਡੋ ਪੂਜਸ ਨਾਹੀ ਨਾਨਕ ਨਾਮ ਸੁਕਾਉ ਟਲ ਗੁਰ ਸੇ ਅਹਿਨਸ ਸਹਿਜ ਸੁਭਾ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਕਸਮ ਨੂਰ ਅਰਸੋਂ ਕੁਰਸੋਂ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਵਾਰ ਮਹਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਵਿਣ ਗਾਹਕ ਗੁਣ ਵੇਚੀ ਹੈ ਤੋ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਬਕਾਏ ਗੁਣ ਤੇ ਗੁਣ ਮਿਲ ਪਾਈਏ ਜੇ ਸਤਿਗੁਰ ਮਾਹੇ ਸਮਾਏ ਵਿਣ ਗਾਹਕ ਗੁਣ ਵੇਚੀਐ ਤੋ ਗੁਣ ਸਹਿਗੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨੂੰ ਵਾਜੀ ਗੁਰੂ ਕੀ ਸੰਗਤ ਸਤਿਗੁਰੂ ਜੀ ਕਿਰਪਾ ਕਰਕੇ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਦਿਆਂ ਹੋਇਆਂ ਨਿਤਨੇਮ ਦੇ ਨਾਲ ਕੀਰਤਨ ਦੇ ਨਾਲ ਮਹਾਰਾਜ ਨੇ ਸਾਨੂੰ ਨਿਵਾਜਿਆ ਹੈ ਆਪ ਵੱਡਿਆਂ ਭਾਗਾਂ ਵਾਲੇ ਗੁਰਮੁਖ ਜਨ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦੇ ਆਨੰਦ ਨੂੰ ਪ੍ਰਾਪਤ ਕਰ ਰਹੇ ਹੋ ਇਸ ਵੇਲੇ ਆਪਾਂ ਲੜੀਵਾਰ ਕਥਾ ਦੀ ਦਾਤ ਜੋ ਮਹਾਰਾਜ ਬਖਸ਼ਿਸ਼ ਕਰਦੇ ਨੇ ਅੱਜ ਦਾ ਸ਼ਬਦ 1086 ਅੰਗ ਦੇ ਉੱਪਰ
ਕਿ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਮਿਲ ਕੇ ਸਰਵਨ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਵਾਰ ਮਹੱਲਾ ਤੀਜਾ। ਮਾਰੂ ਰਾਗ ਦੀ ਇਹ ਵਾਰ ਪਹਿਲੀ ਵਾਰ ਹੈ। ਸਤਿਗੁਰਾਂ ਨੇ ਮਾਰੂ ਦੇ ਅੰਦਰ ਵਾਰਾਂ ਜਿਹੜੀਆਂ ਨੇ ਉਚਾਰਨ ਕੀਤੀਆਂ, ਉਹਨਾਂ ਵਾਰਾਂ ਵਿੱਚੋਂ ਇਹ ਪਹਿਲੀ ਵਾਰ ਮਹਾਰਾਜ ਬਖਸ਼ਿਸ਼ ਕਰਦੇ। ਮਹੱਲਾ ਤੀਜਾ, ਇਸ ਵਿੱਚ ਮਹੱਲੇ ਜਿਹੜੇ ਨੇ ਉਹ ਤੀਸਰੇ ਪਾਤਸ਼ਾਹ ਦੇ ਸਾਨੂੰ ਪ੍ਰਾਪਤ ਹੋਣਗੇ ਪੌੜੀਆਂ ਦੇ ਸਮੇਤ। ਮਹਾਰਾਜ ਫਰਮਾਉਂਦੇ ਹਨ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਇੱਕ ਹੈ, ਉਸ ਦੀ ਪ੍ਰਾਪਤੀ ਗੁਰੂ ਕਿਰਪਾ ਦੇ ਨਾਲ ਹੁੰਦੀ ਹੈ। ਸ਼ਲੋਕ ਮਹਲਾ ਪਹਿਲਾ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ, ਗੁਰਮੁਖੋ ਜਗਤ ਜਲੰਦੇ ਨੂੰ ਉਤਾਰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਪਾਟਲੀ ਪੁੱਤਰ ਪਹੁੰਚੇ ਨਾ, ਜਿਸ ਨੂੰ ਅੱਜ ਆਪਾਂ ਪਟਨਾ ਸਾਹਿਬ ਕਹਿੰਦੇ ਹਾਂ, ਇਸ ਪਟਨਾ ਸਾਹਿਬ ਦੇ ਸਮੇਂ ਸਮੇਂ 'ਤੇ ਕਈ ਨਾਂ ਜਿਹੜੇ ਨੇ ਬਦਲਦੇ ਰਹੇ। ਜਦੋਂ ਗੁਰੂ ਨਾਨਕ ਸਾਹਿਬ ਇਸ ਨਗਰ ਦੇ ਨੇੜੇ ਪਹੁੰਚੇ ਤਾਂ ਭਾਈ ਮਰਦਾਨਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਭੁੱਖ ਲੱਗੀ ਹੈ, ਕੋਈ ਛਕਣ ਵਾਸਤੇ ਪਦਾਰਥ ਮਿਲ ਜਾਵੇ ਤਾਂ ਚੰਗੀ ਗੱਲ ਹੋਵੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਵੇਖੋ ਭਾਈ ਮਰਦਾਨਾ ਜੀ, ਉਹ ਸਾਹਮਣੇ ਸ਼ਹਿਰ ਦਿਸਦਾ ਪਿਆ, ਆਪਾਂ ਉੱਥੇ ਪਹੁੰਚ ਕੇ ਤੁਸੀਂ ਕੋਈ ਭੋਜਨ ਪ੍ਰਸ਼ਾਦਾ ਉਸ ਵੇਲੇ ਛਕ ਲਿਓ। 3 ਕੋਹ ਦੀ ਦੂਰੀ 'ਤੇ ਰਹਿ ਗਿਆ, ਕੋਈ ਬਹੁਤਾ ਦੂਰ ਨਹੀਂ ਹੈ। ਇਹ ਬਚਨ ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਆਪਣੇ ਕੋਲ ਕਿਹੜੀ ਕੋਈ ਮਾਇਆ ਹੈ, ਕੋਈ ਪੈਸਾ ਤਾਂ ਹੈ ਨਹੀਂ ਜੇਬ ਦੇ ਵਿੱਚ, ਜੇ ਆਪਾਂ ਸ਼ਹਿਰ ਚਲੇ ਵੀ ਗਏ ਤਾਂ ਫਿਰ ਭੋਜਨ ਲੈਣਾ ਕਿਵੇਂ ਹੈ। ਇਹ ਬਚਨ ਸੁਣ ਕੇ ਮਹਾਰਾਜ ਇੱਥੇ ਬੈਠੇ ਸਨ, ਆਪਣੇ ਚਰਨਾਂ ਦੇ ਅੰਗੂਠੇ ਦੇ ਨਾਲ ਥੋੜ੍ਹੀ ਜਿਹੀ ਮਹਾਰਾਜ ਨੇ ਧਰਤੀ ਦੀ ਮਿੱਟੀ ਨੂੰ ਇੱਧਰ ਉੱਧਰ ਕੀਤਾ ਅਤੇ ਬੜਾ ਕੀਮਤੀ ਲਾਲ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਉੱਥੋਂ ਪ੍ਰਗਟ ਕੀਤਾ। ਕੀਮਤੀ ਲਾਲ ਪ੍ਰਗਟ ਕਰਕੇ ਮਹਾਰਾਜ ਕਹਿੰਦੇ, ਲਓ ਭਾਈ ਮਰਦਾਨਾ ਜੀ, ਇਹ ਲਾਲ ਬਾਜ਼ਾਰ ਵਿੱਚ ਦੇ ਕੇ ਆਓ, ਇਹ ਲਾਲ ਲੈ ਕੇ ਆਪਣੀ ਜੇਬ ਵਿੱਚ ਪਾ ਲਵੋ। ਉਸ ਵੇਲੇ ਭਾਈ ਮਰਦਾਨਾ ਜੀ ਨੇ ਲਾਲ ਫੜਿਆ, ਕਹਿਣ ਲੱਗਾ, ਮਹਾਰਾਜ ਇਹਦੇ ਨਾਲ ਭੁੱਖ ਥੋੜ੍ਹੀ ਮਿਟ ਜਾਣੀ, ਇਹ ਤਾਂ ਇੱਕ ਪੱਥਰ ਫੜਾ ਦਿੱਤਾ ਆਪ ਜੀ ਨੇ, ਹੁਣ ਪੱਥਰ ਨੂੰ ਕਿਵੇਂ ਖਾ ਸਕਦਾ ਆ। ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ, ਇਹ ਪੱਥਰ ਨਹੀਂ, ਇੱਕ ਲਾਲ ਹੈ, ਬੜਾ ਕੀਮਤੀ ਹੈ। ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਹੋਇਆ ਨਾ, ਤਖ਼ਤ ਸ੍ਰੀ ਪਟਨਾ ਸਾਹਿਬ, ਇੱਥੇ ਮਹਾਰਾਜ ਸਾਹਿਬ ਜੀ ਉਸ ਵੇਲੇ ਬਰਾਜੇ ਹੋਏ, ਭਾਈ ਮਰਦਾਨਾ ਜੀ ਦੇ ਨਾਲ ਚਰਨ ਪਾਉਂਦੇ ਪਏ। ਪਾਤਸ਼ਾਹ ਕਹਿੰਦੇ, ਜਾਓ ਇਸ ਨੂੰ ਬਾਜ਼ਾਰ ਵਿੱਚ ਦੇ ਕੇ ਆਓ, ਕੀਮਤ ਮਿਲੇਗੀ ਅਤੇ ਭੋਜਨ ਵੀ ਲੈ ਲੈਣਾ। ਭਾਈ ਮਰਦਾਨਾ ਜੀ ਬਚਨ ਸੁਣ ਕੇ ਚਲੇ ਗਏ ਜਦੋਂ ਬਾਜ਼ਾਰ ਦੇ ਵਿੱਚ ਲਾਲ ਵੇਚਣ ਵਾਸਤੇ। ਹੁਣ ਉਹਨਾਂ ਲੋਕਾਂ ਨੂੰ ਪਤਾ ਨਹੀਂ ਹੈ, ਆਮ ਦੁਕਾਨਦਾਰ ਜਿਹੜੇ ਭਾਂਡੇ ਵੇਚਣ ਵਾਲੇ, ਜਾਂ ਕੋਈ ਆਪ ਸਬਜ਼ੀ ਭਾਜੀ ਵੇਚਣ ਵਾਲੇ, ਕੋਈ ਕੱਪੜੇ ਦਾ ਕੰਮ ਕਰਦਾ, ਕੋਈ ਸੌਦਾ ਵੇਚਦਾ, ਹੁਣ ਉਹਨਾਂ ਨੂੰ ਲਾਲ ਬਾਰੇ ਕੀ ਪਤਾ ਹੈ। ਕੋਈ ਆਖਦਾ ਵੀ ਇਹ ਤਾਂ ਪੱਥਰ ਹੀ ਹੈ, 1 ਪੈਸਾ ਦੇ ਦਿੰਦੇ, ਕੋਈ ਆਖਦਾ 5 ਪੈਸੇ ਲੈ ਲਾ। ਭਾਈ ਮਰਦਾਨਾ ਭੁੱਖ ਦੇ ਬੜੇ ਸਤਾਏ ਹੋਏ, ਚੱਕਰ ਕੱਢ ਕੇ ਵਾਪਸ ਆ ਗਏ। ਮਹਾਰਾਜ ਉਹ ਲੋਕ ਤਾਂ ਕੋਈ 1 ਪੈਸਾ, ਕੋਈ 2 ਪੈਸੇ, ਕੋਈ 5 ਪੈਸੇ ਦੇਣ ਦੀ ਗੱਲ ਕਰਦਾ ਹੈ, ਆਪ ਆਖਦੇ ਹੋ ਵੀ ਇਹ ਲਾਲ ਹੈ। ਪਾਤਸ਼ਾਹ, ਜਾਂ ਤਾਂ ਉਹਨਾਂ ਨੂੰ ਲਾਲ ਬਾਰੇ ਪਤਾ ਨਹੀਂ, ਜਾਂ ਫਿਰ ਇਹ ਲਾਲ ਹੈ ਹੀ ਨਹੀਂ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਨਹੀਂ ਭਾਈ ਮਰਦਾਨਾ ਜੀ, ਹੈ ਤਾਂ ਕੀਮਤੀ ਲਾਲ ਹੀ ਹੈ,
ਇੱਥੇ ਇੱਕ ਸਾਲਸ ਰਾਏ ਨਾਮ ਦਾ ਜੌਹਰੀ ਰਹਿੰਦਾ, ਸਾਲਸ ਰਾਏ ਸੀ ਨਾਮ ਉਸਦਾ, ਉਹਦੇ ਕੋਲ ਜਾਓ, ਉਹ ਤੁਹਾਨੂੰ ਇਹਦੀ ਕੀਮਤ ਦੇ ਸਕਦਾ ਹੈ। ਭਾਈ ਮਰਦਾਨਾ ਜੀ ਪੁੱਛਦਿਆਂ ਪੁੱਛਦਿਆਂ, ਜਿੱਥੇ ਅੱਜ ਸਾਧੂਆਂ ਦਾ ਡੇਰਾ ਬਣਿਆ ਨਾ, ਆਪ ਸੰਗਤਾਂ ਪਟਨਾ ਸਾਹਿਬ ਦਰਸ਼ਨ ਕਰਨ ਵਾਸਤੇ ਜਾਓ, ਇੱਥੇ ਉਹ ਜਿਹੜਾ ਸਾਲਸ ਰਾਏ ਜੌਹਰੀ ਹੈ ਉਸਦਾ ਘਰ ਹੈ। ਭਾਈ ਮਰਦਾਨਾ ਜੀ ਉਸ ਵੇਲੇ ਪਹੁੰਚ ਗਏ, ਜਾ ਕੇ ਆਖਿਆ ਜੀ ਆਹ ਲਾਲ ਮੈਂ ਲੈ ਕੇ ਆਇਆ ਹਾਂ। ਜਦੋਂ ਸਾਲਸ ਰਾਏ ਨੇ ਉਹ ਲਾਲ ਵੇਖਿਆ ਤਾਂ ਉਸਨੇ 100 ਰੁਪਈਆ ਆਪਣੇ ਕੋਲ ਰੱਖ ਕੇ ਅਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਅਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਜੀ ਇਹ 100 ਰੁਪਈਆ ਤੁਸੀਂ ਇਹਦੀ ਕੀਮਤ ਲਾਈ ਹੈ। ਸਾਲਸ ਰਾਏ ਕਹਿਣ ਲੱਗੇ ਵੀ ਨਹੀਂ, ਇਹਦੀ ਕੀਮਤ ਕੋਈ ਨਹੀਂ ਲਾ ਸਕਦਾ ਦੁਨੀਆ ਵਿੱਚ, ਇਹ ਬਹੁਤ ਕੀਮਤੀ ਲਾਲ ਹੈ। ਮੇਰੇ ਘਰ ਵਿੱਚ ਜਿੰਨਾ ਵੀ ਸੋਨਾ ਚਾਂਦੀ ਹੀਰੇ ਪਏ ਹੋਏ ਨਾ, ਮੈਂ ਸਾਰੇ ਭਾਵੇਂ ਦੇ ਦਿਆਂ, ਘਰ ਤੱਕ ਵੀ ਆਪਣਾ ਭਾਵੇਂ ਗਿਰਵੀ ਰੱਖ ਦਿਆਂ, ਤਾਂ ਵੀ ਮੈਂ ਇਹ ਖਰੀਦ ਨਹੀਂ ਪਾਵਾਂਗਾ, ਇਹ ਇੰਨੀ ਕੀਮਤ ਦਾ ਲਾਲ ਹੈ। ਫਿਰ ਭਾਈ ਮਰਦਾਨਾ ਜੀ ਨੇ ਪੁੱਛਿਆ ਵੀ ਇਹ 100 ਰੁਪਈਆ ਤੁਸੀਂ ਕਿਉਂ ਰੱਖਿਆ ਹੈ? ਕਹਿਣ ਲੱਗਾ ਜੀ ਇਹਦੇ ਉੱਪਰ ਲਿਖਿਆ ਹੋਇਆ ਹੈ, ਜਿਹੜਾ ਵੀ ਜੌਹਰੀ ਪਰਖ ਵਾਲਾ ਇਹਦੇ ਦਰਸ਼ਨ ਕਰੇ ਉਹ ਇਹਦੀ ਦਰਸ਼ਨੀ ਭੇਟਾ 100 ਰੁਪਈਆ ਰੱਖੇ। ਇਹ ਐਸਾ ਕੀਮਤੀ ਲਾਲ ਹੈ ਵੀ ਇਹਦੇ ਦਰਸ਼ਨ ਕਰਨ ਦੀ ਵੀ ਕੀਮਤ ਹੈ। ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ, ਕਹਿਣ ਲੱਗੇ ਵੀ ਇੱਕ ਤਾਂ ਲਾਲ ਵੀ ਨਹੀਂ ਵੇਚਿਆ, ਉੱਪਰੋਂ 100 ਰੁਪਈਆ ਵੀ ਮਿਲਿਆ ਹੈ। ਲੈ ਕੇ ਮਹਾਰਾਜ ਜੀਆਂ ਦੇ ਕੋਲ ਆ ਗਏ, ਸਤਿਗੁਰੂ ਪਾਤਸ਼ਾਹ ਨੂੰ ਦੱਸਿਆ, ਮਹਾਰਾਜ ਇਹਦੀ ਲਾਲ ਬੜਾ ਹੀ ਜ਼ਿਆਦਾ ਕੀਮਤੀ ਹੈ, ਮੈਨੂੰ ਉਸ ਜੌਹਰੀ ਨੇ ਆ ਵੇਖੋ 100 ਰੁਪਈਆ ਵੀ ਦੇ ਦਿੱਤਾ ਹੈ ਅਤੇ ਲਾਲ ਵੀ ਵਾਪਸ ਕਰ ਦਿੱਤਾ ਹੈ। ਅਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਜਦੋਂ ਆਪਾਂ ਲਾਲ ਵੇਚਿਆ ਹੀ ਨਹੀਂ ਤਾਂ ਫਿਰ 100 ਰੁਪਈਆ ਵੀ ਆਪਾਂ ਕੀ ਕਰਨਾ ਹੈ? ਆਪਣਾ 100 ਰੁਪਈਆ ਬਣਦਾ ਹੀ ਨਹੀਂ, ਇਹ ਦਰਸ਼ਨੀ ਭੇਟਾ ਵੀ ਤਾਂ ਹੀ ਹੈ ਨਾ ਜੇ ਉਹ ਲਵੇ, ਅਤੇ ਜਦੋਂ ਉਹਨੇ ਲਿਆ ਹੀ ਨਹੀਂ ਫਿਰ ਆਪਾਂ ਕਿਉਂ ਐਵੇਂ ਕਿਸੇ ਦੀ ਇਮਾਨਤ ਰੱਖਣੀ ਹੈ? ਜਾਓ ਜਾ ਕੇ 100 ਰੁਪਈਆ ਮੋੜ ਕੇ ਆਓ। ਭਾਈ ਮਰਦਾਨਾ ਜੀ ਚਲੇ ਗਏ ਮੋੜਨ ਵਾਸਤੇ ਵੀ ਸਾਲਸ ਰਾਏ ਜੀ ਆਹ ਆਪਣਾ 100 ਰੁਪਈਆ ਲੈ ਲਵੋ। ਸਾਲਸ ਰਾਏ ਕਹਿਣ ਲੱਗਾ ਵੀ ਨਹੀਂ, ਮੇਰਾ ਧਰਮ ਹਾਰਦਾ ਹੈ, ਮੈਂ ਜਿਹੜਾ ਹਾਂ ਵੀ ਜੌਹਰੀ ਹਾਂ ਅਤੇ ਮੇਰਾ ਧਰਮ ਹਾਰੇਗਾ, ਇਹਦੇ ਉੱਪਰ ਲਿਖਿਆ ਹੈ ਵੀ ਜੌਹਰੀ ਆਪਣਾ ਧਰਮ ਨਾ ਹਾਰੇ ਅਤੇ 100 ਰੁਪਈਆ ਦਰਸ਼ਨੀ ਭੇਟਾ ਦੇਵੇ। ਮੈਂ ਆਪਣਾ ਧਰਮ ਨਹੀਂ ਹਾਰਨਾ ਚਾਹੁੰਦਾ, ਮੇਰੀ ਇਹ ਕਿਰਤ ਹੈ। ਹੁਣ ਨਹੀਂ ਲੈ ਪੈਸੇ, ਸਾਲਸ ਰਾਏ ਨੇ ਵਾਪਸ। ਭਾਈ ਮਰਦਾਨਾ ਜੀ ਫਿਰ ਗੁਰੂ ਨਾਨਕ ਸਾਹਿਬ ਕੋਲ ਆ ਗਏ, ਮਹਾਰਾਜ ਉਹ ਲੈਂਦਾ ਨਹੀਂ। ਪਾਤਸ਼ਾਹ ਕਹਿੰਦੇ ਲੈਂਦਾ ਕਿਉਂ ਨਹੀਂ? ਜਿਵੇਂ ਤੂੰ ਫੜੇ ਨੇ ਇਸੇ ਤਰ੍ਹਾਂ ਉਹਨੂੰ ਫੜਾ ਕੇ ਆ। ਇਸ ਤਰ੍ਹਾਂ ਕਰਦਿਆਂ ਕਰਦਿਆਂ ਗੁਰਮੁਖੋ 7 ਗੇੜੇ ਭਾਈ ਮਰਦਾਨਾ ਜੀ ਨੂੰ ਇਸੇ ਚੱਕਰ ਵਿੱਚ ਹੀ ਲਾਉਣੇ ਪਏ। ਸਾਲਸ ਰਾਏ ਕਹਿੰਦਾ ਵੀ ਮੈਂ ਪੈਸਾ ਲੈਣਾ ਨਹੀਂ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਆਪਾਂ ਪੈਸਾ ਰੱਖਣਾ ਨਹੀਂ। ਹੁਣ ਭਾਈ ਮਰਦਾਨਾ ਜੀ ਨੂੰ ਡਾਢੀ ਭੁੱਖ ਪਹਿਲਾਂ ਹੀ ਲੱਗੀ ਸੀ, ਉੱਤੋਂ 7 ਗੇੜੇ ਪੈ ਗਏ, ਉਹ ਹੋਰ ਖਿੱਚ ਗਿਆ। ਐਸ ਵਾਰੀ ਗਿਆ ਸਾਲਸ ਰਾਏ ਦੇ ਘਰ, ਉਹ 100 ਰੁਪਈਆ ਸੁੱਟ ਕੇ ਹੀ ਆ ਗਿਆ, ਨਹੀਂ ਫੜਨੇ ਤਾਂ ਨਾ ਫੜ, ਆਹ ਤੇਰੇ ਵਿਹੜੇ ਵਿੱਚ ਪੈ, ਆਪੇ ਫੜ ਲਈ, ਮੈਂ ਤਾਂ ਚੱਲਿਆ, ਇੱਕ ਤਾਂ ਮੈਂ ਭੁੱਖਾ ਹਾਂ, ਉੱਪਰੋਂ ਮੈਨੂੰ ਵਾਰ ਵਾਰ ਗੇੜੇ ਲਵਾਉਂਦੇ ਪਏ। ਜਦੋਂ ਭਾਈ ਮਰਦਾਨਾ ਜੀ ਇਸ ਤਰ੍ਹਾਂ ਉਹ ਰੁਪਈਏ ਉਹਦੇ ਵਿਹੜੇ ਵਿੱਚ ਰੱਖ ਕੇ ਸੁੱਟ ਕੇ ਆ ਗਏ, ਉਸ ਵੇਲੇ ਫਿਰ ਉਹ ਜਿਹੜਾ ਸਾਲਸ ਰਾਏ ਜੌਹਰੀ ਸੀ ਉਸਨੇ ਆਪਣੇ ਚੇਲੇ ਨੂੰ ਭੇਜਿਆ, ਸੇਵਕ ਨੂੰ, ਨੌਕਰ ਨੂੰ ਭੇਜਿਆ, ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਅਧਰਕਾ ਲਿਖਿਆ ਹੈ, ਉਸ ਨੂੰ ਭੇਜਿਆ ਉਸ ਸਾਲਸ ਰਾਏ ਜੌਹਰੀ ਨੇ ਵੀ ਜਾ ਜਾ ਕੇ ਇਹਨਾਂ ਨੂੰ ਰੋ ਕੇ ਚਲੇ ਨਾ ਜਾਣ, ਮੈਂ ਵੀ ਆਉਂਦਾ ਮਗਰ ਇਹਨਾਂ ਦੇ ਪਕਵਾਨ ਭੋਜਨ ਬਣਾ ਕੇ ਲੈ ਕੇ ਨਾਲ ਆਵਾਂਗਾ। ਜਿਸ ਵੇਲੇ ਉਹ ਅਧਰਕਾ ਨਾਮ ਦਾ ਲੜਕਾ ਮਹਾਰਾਜ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਉਪਦੇਸ਼ ਲੈ ਕੇ ਐਸੀ ਕਿਰਪਾ ਹੋਈ, ਉਹ ਤਾਂ ਮਹਾਰਾਜ ਕੋਲ ਬੈਠਾ ਬੈਠਾ ਹੀ ਸੰਤ ਬਣ ਗਿਆ, ਐਸੀ ਵੱਡੀ ਦਾਤ ਨੂੰ ਪ੍ਰਾਪਤ ਹੋਇਆ। ਇੰਨੇ ਚਿਰ ਨੂੰ ਇਹ ਜਿਹੜਾ ਸਾਲਸ ਰਾਏ ਜੌਹਰੀ ਹੈ
ਇਹ ਵੀ ਗੁਰਮੁਖੋਂ ਪਕਵਾਨ ਲੈ ਕੇ ਅਤੇ ਮਹਾਰਾਜ ਸਾਹਿਬ ਜੀ ਦੇ ਕੋਲ ਆਇਆ। ਫਿਰ ਮਹਾਰਾਜ ਸਾਹਿਬ ਜੀਆਂ ਨੇ ਇਸ ਨੂੰ ਕੋਲ ਬੈਠਿਆਂ ਵੇਖ ਕੇ ਉਪਦੇਸ਼ ਵਾਲਾ ਬਚਨ ਕਰਦਿਆਂ ਹੋਇਆਂ ਆਖਿਆ, ਮਾਰੂ ਮਹੱਲਾ ਪਹਿਲਾ, ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ। ਇਹ ਸ਼ਬਦ ਉਚਾਰਿਆ। 990 ਅੰਗ ਦੇ ਉੱਪਰ ਮਹਾਰਾਜ ਦੀਆਂ ਨੇ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ। ਜਦੋਂ ਇਹ ਸ਼ਬਦ ਉਚਾਰਿਆ ਉਸ ਨੂੰ ਉਪਦੇਸ਼ ਦਿੰਦਿਆਂ ਹੋਇਆਂ, ਦਾਦਰ ਤੂੰ ਕਬਹਿ ਨਾ ਜਾਣ ਸਰੇ, ਐ ਡੱਡੂ ਤੂੰ ਕਮਲ ਦੇ ਫੁੱਲ ਦੀ ਕੀਮਤ ਨਹੀਂ ਜਾਣ ਸਕਦਾ, ਤੇਰਾ ਕੰਮ ਤਾਂ ਜਾਲਾ ਖਾਣਾ ਹੀ ਹੈ। ਹੁਣ ਡੱਡੂ ਵੀ ਤਾਂ ਗੁਰਮੁਖੋਂ ਪਾਣੀ 'ਚ ਰਹਿੰਦਾ ਹੈ ਨਾ, ਅਤੇ ਜਾਲਾ ਵੀ ਪਾਣੀ ਵਿੱਚ ਹੈ, ਕਮਲ ਦਾ ਫੁੱਲ ਵੀ ਪਾਣੀ ਵਿੱਚ ਹੀ ਹੈ, ਪਰ ਡੱਡੂ ਦਾ ਕੰਮ ਜਾਲਾ ਖਾਣਾ ਹੀ ਹੈ, ਉਹ ਕਮਲ ਦੇ ਫੁੱਲ ਦੀ ਸੁਗੰਧੀ ਨੂੰ ਨਹੀਂ ਮਾਣ ਸਕਦਾ ਹੈ। ਮਹਾਰਾਜ ਉਹ ਬਚਨ ਇੱਥੇ ਕਰਦੇ ਪਏ, ਭਗਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ। ਇਹ ਜਦੋਂ ਸ਼ਬਦ ਉਚਾਰਿਆ ਤਾਂ ਸਾਲਸ ਰਾਜ ਨੂੰ ਫਿਰ ਸਮਝ ਨਾ ਆਇਆ, ਮਹਾਰਾਜ ਦਾ ਇਹ ਸ਼ਬਦ ਮਹੀਨਾ ਨਾ ਪਤਾ ਲੱਗਾ ਵੀ ਮਹਾਰਾਜ ਕੀ ਉਪਦੇਸ਼ ਇਹਦੇ ਵਿੱਚ ਬਖਸ਼ਿਸ਼ ਕਰਦੇ ਪਏ। ਉਸਨੇ ਦੁਬਾਰਾ ਫਿਰ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਬਚਨ ਬੜੇ ਗਿਆਨ ਵਾਲੇ ਨੇ, ਬਖਸ਼ਿਸ਼ ਵਾਲੇ, ਪਰ ਪਾਤਸ਼ਾਹ ਮੈਨੂੰ ਸਮਝ ਨਹੀਂ ਆਈ ਆਪ ਜੀ ਕੀ ਇਹਦੇ ਵਿੱਚ ਉਪਦੇਸ਼ ਦਿੰਦੇ ਪਏ ਹੋ। ਫਿਰ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਨੇ ਇਹ ਜਿਹੜਾ ਸਲੋਕ ਆਪਾਂ ਸਰਵਨ ਕਰਨ ਜਾ ਰਹੇ ਹਾਂ ਇਹ ਸਮਝਾਉਣ ਵਾਸਤੇ ਉਸ ਵੇਲੇ ਬਖਸ਼ਿਆ ਹੈ। ਬਿਨ ਗਾਹਕ ਗੁਣ ਵੇਚੀਐ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੰਦਾ ਗਾਹਕ ਨਾ ਹੋਵੇ ਅਤੇ ਉਹਨੂੰ ਗੁਣ ਦਈਏ। ਸਾਡੇ ਘਰ ਵਿੱਚ ਕੋਈ ਵਸਤੂ ਪਈ ਹੈ ਭਾਵੇਂ ਕੀਮਤੀ ਹੋਵੇ ਅਤੇ ਸਾਹਮਣੇ ਵਾਲਾ ਲੈਣ ਵਾਲਾ ਨਾ ਹੋਵੇ ਅਤੇ ਜੇ ਉਹਨੂੰ ਵੇਚੀਏ ਨਾ ਵੀ ਲੈ ਭਾਈ ਲੈ ਲਾ, ਅਤੇ ਮਹਾਰਾਜ ਫਰਮਾਉਂਦੇ ਹਨ ਗੁਣ ਸਹਿਗੋ ਜਾਏ, ਉਹ ਵਸਤੂ ਸਸਤੀ ਲਵੇਗਾ। ਮੰਨ ਲਓ 5 ਲੱਖ ਦੀ ਚੀਜ਼ ਹੈ, ਉਹਨੇ ਕਹਿਣਾ 500 ਦੀ ਦੇ ਦੇ, ਕਿਉਂਕਿ ਉਹਨੂੰ ਪਤਾ ਹੈ ਵੀ ਮੇਰੇ 'ਤੇ ਕੰਮ ਦੀ, ਉਹਨੂੰ ਆਪ ਨੂੰ ਗਿਆਨ ਹੀ ਨਹੀਂ ਵੀ ਹੈ ਕੀ ਵਸਤੂ ਹੈ। ਮਹਾਰਾਜ ਕਹਿਣ ਲੱਗੇ ਜਿੰਨਾ ਚਿਰ ਪੂਰਾ ਗਾਹਕ ਨਹੀਂ ਨਾ ਮਿਲਦਾ, ਤਜਰਬੇਕਾਰ ਨਹੀਂ ਨਾ ਮਿਲਦਾ, ਜਿਹਨੂੰ ਇਹ ਨਹੀਂ ਨਾ ਸਮਝ ਵੀ ਵਸਤੂ ਹੈ ਕਿੰਨੇ ਕੁ ਦੀ ਹੈ, ਉਹਨਾਂ ਚਿਰ ਮਹਾਰਾਜ ਕਹਿਣ ਲੱਗੇ ਉਹ ਤੁਹਾਡੀ ਵਸਤੂ ਸਸਤੀ ਜਾਣੀ ਹੈ, ਉਹਦੀ ਕੋਈ ਕੀਮਤ ਲਾ ਹੀ ਨਹੀਂ ਸਕੇਗਾ, ਕੋਈ ਪਾ ਹੀ ਨਹੀਂ ਸਕੇਗਾ ਵੀ ਇਹਦੀ ਕੀਮਤ ਕੀ ਹੈ। ਇਸੇ ਤਰ੍ਹਾਂ ਫਿਰ ਫਰਮਾਉਂਦੇ ਹਨ ਬਿਨ ਗਾਹਕ ਗੁਣ ਵੇਚੀਐ, ਇਸੇ ਤਰ੍ਹਾਂ ਗੁਰਮੁਖੋ ਜੇ ਸ਼ਰਧਾ ਨਾ ਹੋਵੇ, ਸ਼ਰਧਾ ਰੂਪੀ ਗਾਹਕ ਨਾ ਹੋਵੇ ਅਤੇ ਗੁਣ ਵੇਚੀਐ, ਤੁਸੀਂ ਗੁਰੂ ਦਾ ਉਪਦੇਸ਼ ਦਿਓ ਵੀ ਭਾਈ ਗੁਰੂ ਪਾਤਸ਼ਾਹ ਨੇ ਇਹ ਆਖਿਆ, ਉਹਨੇ ਕਹਿਣਾ ਹਾਂ ਠੀਕ ਆਖਿਆ ਹੈ, ਗੁਰੂ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ, ਉਹਨੇ ਕਹਿਣਾ ਹਾਂ ਠੀਕ ਹੈ ਕਿਰਪਾ ਕੀਤੀ ਹੈ। ਬਸ ਹਾਂ ਹੀ ਇੱਕ ਤੁਹਾਡੀ ਰਜ਼ਾਮੰਦਗੀ ਵਿੱਚ ਮਿਲਾ ਦੇਵੇਗਾ, ਪਰ ਉਹਨੇ ਉਹਦੇ ਵਿੱਚ ਉਹ ਗੁਣ ਕੋਈ ਨਹੀਂ ਲੈਣਾ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਉਹਦੇ ਮਨ ਵਿੱਚ ਸ਼ਰਧਾ ਹੈ ਹੀ ਨਹੀਂ, ਉਹ ਚਾਹੁੰਦਾ ਹੀ ਨਹੀਂ ਮੈਨੂੰ ਕੋਈ ਗੁਰੂ ਦਾ ਬਚਨ ਸੁਣਾਵੇ, ਉਹ ਨਹੀਂ ਚਾਹੁੰਦਾ ਹੈ ਕਿ ਮੈਂ ਕੰਨਾਂ ਵਿੱਚ ਬਚਨ ਸੁਣ ਕੇ ਬਾਅਦ ਵਿੱਚ ਮੈਨੂੰ ਕਮਾਈ ਵੀ ਕਰਨੀ ਪਵੇ। ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਜਦੋਂ ਲੋੜਵੰਦ ਬੰਦਾ ਨਹੀਂ ਹੈ ਉਹਨੂੰ ਕੋਈ ਵਸਤੂ ਦਿਓਗੇ ਉਹ ਕੀਮਤ ਨਹੀਂ ਪਾਵੇਗਾ, ਉਹ ਆਖੇਗਾ ਵੀ ਐਵੇਂ ਹੀ ਹੈ, ਚਲੋ ਕੋਈ ਨਹੀਂ ਉੱਥੇ ਕਿਤੇ ਵਿਹੜੇ ਜਾ ਕੇ ਸੁੱਟ ਦਿਆਂਗੇ, ਨੁੱਕਰ ਵਿੱਚ ਰੱਖ ਦਿਆਂਗੇ, ਇਹਦੀ ਆਪਾਂ ਨੂੰ ਕਿਹੜਾ ਲੋੜ ਹੈ, ਜੇ ਫ੍ਰੀ ਮਿਲਦੀ ਹੈ ਤਾਂ ਲੈ ਲਵੋ। ਇਸੇ ਤਰ੍ਹਾਂ ਭਾਈ ਜਿੰਨਾ ਚਿਰ ਸ਼ਰਧਾ ਨਹੀਂ ਨਾ ਮਨ ਵਿੱਚ ਪੈਦਾ ਹੁੰਦੀ ਉਹਨਾਂ ਚਿਰ ਤੁਸੀਂ ਗੁਰੂ ਦਾ ਉਪਦੇਸ਼ ਸੁਣਾਈ ਜਾਵੋ ਵੀ ਮਹਾਰਾਜ ਨੇ ਇਸ ਤਰ੍ਹਾਂ ਆਪਣੇ 4 ਸਾਹਿਬਜ਼ਾਦੇ ਵਾਰੇ ਸਨ, ਇਸ ਤਰ੍ਹਾਂ 5 ਪਿਆਰਿਆਂ ਦੇ ਸੀਸ ਲਏ ਸਨ, ਮਹਾਰਾਜ ਆਪ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਕੇ ਲੰਮੇ ਪਏ ਸਨ, ਉਹਨਾਂ ਨੇ ਸਾਡੇ ਵਾਸਤੇ ਐਡੀ ਵੱਡੀ ਕੁਰਬਾਨੀ ਕੀਤੀ ਹੈ, ਸੁਣਨ ਵਾਲਾ ਕਹੇਗਾ ਹਾਂ ਹਾਂ ਠੀਕ ਹੈ ਪਤਾ ਹੈ ਮੈਨੂੰ ਵੀ ਇਹ ਕੁਝ ਹੋਇਆ ਹੈ, ਪਰ ਮੈਂ ਤੋਂ ਕੀ ਲੈਣਾ ਹੈ, ਕਿਉਂਕਿ ਸ਼ਰਧਾ ਨਹੀਂ ਹੈ। ਸ਼ਰਧਾ ਨਾ ਹੋਣ ਕਰਕੇ ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਵੀ ਜੇ ਦੇਈਏ ਨਾ ਇਹੋ ਜਿਹਾ ਵਿਅਕਤੀ ਦੇ ਕੋਲ, ਤਾਂ ਮਹਾਰਾਜ ਫਰਮਾਉਂਦੇ ਹਨ
ਸਹਿਗੋ ਜਾਏ, ਤਾਂ ਫਿਰ ਉਹ ਗੁਣ ਸਸਤਾ ਹੀ ਜਾਵੇਗਾ, ਉਹਦੀ ਕੀਮਤ ਨਹੀਂ ਉਹ ਪਾਵੇਗਾ, ਕਿਉਂਕਿ ਅਧਿਕਾਰੀ ਨਹੀਂ ਨਾ, ਅਧਿਕਾਰੀ ਬਿਨਾਂ ਕੀਮਤ ਨਹੀਂ ਪੈਂਦੀ ਹੈ। ਮਹਾਰਾਜ ਕਹਿਣ ਲੱਗੇ ਉਸ ਨੂੰ ਗੁਰੂ ਨਾਲ ਪ੍ਰੇਮ ਹੀ ਨਹੀਂ ਹੈ, ਉਹ ਕੀ ਜਾਣਦਾ ਹੈ ਗੁਰੂ ਦੀ ਮਹਿਮਾ ਬਾਰੇ। ਐਸੀ ਮਹਾਰਾਜ ਕਿਰਪਾ ਕਰਦੇ ਹਨ। ਐਸੇ ਤਰ੍ਹਾਂ ਗੁਰਮੁਖੋ, ਜੇ ਕੋਈ ਗਾਹਕ ਮਿਲ ਜਾਵੇ, ਗੁਰੂ ਦਾ ਪਿਆਰਾ ਮਿਲ ਜਾਵੇ, ਜਿਹਦੇ ਮਨ ਵਿੱਚ ਬੜੀ ਸ਼ਰਧਾ ਹੋਵੇ ਨਾ, ਗੁਰੂ ਦੇ ਪ੍ਰਤੀ ਭਾਵਨਾ ਹੋਵੇ, ਜੇ ਇਸ ਤਰ੍ਹਾਂ ਦਾ ਸ਼ਰਧਾ ਵਾਲਾ ਕੋਈ ਮਿਲ ਜਾਂਦਾ ਹੈ, ਤੇ ਫਿਰ ਉਹ ਉਪਦੇਸ਼ ਰੂਪੀ ਗੁਣ ਲੱਖਾਂ ਦਾ ਹੋ ਜਾਂਦਾ। ਜਿਵੇਂ ਗੁਰਬਾਣੀ ਦਾ ਮਹਾਂਵਾਕ ਹੈ, ਕੋਈ ਜਨ ਹਰ ਸਿਓ ਦੇਵੈ, ਇਹ ਸ਼ਰਧਾ ਵਾਲਿਆਂ ਦਾ ਵਚਨ ਹੈ, ਵੀ ਕੋਈ ਹੈ ਇਹੋ ਜਿਹਾ ਜਿਹੜਾ ਮੈਨੂੰ ਗੁਰੂ ਨਾਲ ਜੋੜੇ, ਜਿਹੜਾ ਜੋੜ ਦੇਵੇਗਾ ਚਰਨ ਗਹੋਂ, ਮੈਂ ਉਹਦੇ ਪੈਰ ਹੀ ਭੱਜ ਕੇ ਫੜ ਲਵਾਂਗਾ, ਇਹ ਸ਼ਰਧਾ ਦਾ ਵਚਨ ਹੈ। ਦੂਜੇ ਪਾਸੇ ਨਿਸ਼ਰਧਕ ਹੈ, ਉਹ ਕਹਿੰਦਾ ਠੀਕ ਹੈ ਗੁਰੂ ਨੇ ਵਚਨ ਆਖਿਆ ਹੋਵੇਗਾ, ਮੈਂ ਕੀ ਲੈਣਾ ਹੈ। ਇੱਕ ਪਾਸੇ ਸ਼ਰਧਾ ਵਾਲਾ, ਉਹ ਕਹਿੰਦਾ ਕੋਈ ਦੱਸੇ ਤਾਂ ਸਹੀ, ਮੈਨੂੰ ਗੁਰੂ ਦਾ ਵਚਨ, ਕੋਈ ਜਨ ਹਰ ਸਿਓ ਦੇਵੈ ਜੋਰ ਚਰਨ ਗਹੋਂ, ਮੈਂ ਭੱਜ ਕੇ ਉਹਦੇ ਪੈਰ ਫੜ ਲਵਾਂ, ਬਕੋ ਸੁਭ ਰਸਨਾ, ਮੈਂ ਜ਼ੁਬਾਨ ਦੇ ਨਾਲ ਉਹਦੀ ਤਾਰੀਫ ਕਰਾਂ, ਉਹਦੀ ਵਡਿਆਈ ਕਰਾਂ, ਇੱਥੋਂ ਤੱਕ ਜੇ ਮੈਨੂੰ ਆਪਣੇ ਪ੍ਰਾਣ ਵੀ ਦੇਣੇ ਪੈਣ, ਆਪਣੀ ਜਾਨ ਵੀ ਕੱਢ ਕੇ ਰੱਖਣੀ ਪਵੇ, ਦੀਜੈ ਪ੍ਰਾਣ ਅਕੋਰ, ਮੈਂ ਆਪਣੀ ਜਾਨ ਦੀ ਭੇਟਾ ਵੀ ਦੇ ਦੇਵਾਂ। ਪਰ ਇਹ ਕਿਹਨੇ ਆਖਿਆ? ਜਿਹਨੂੰ ਇਹ ਸ਼ਰਧਾ ਪੈਦਾ ਹੋ ਗਈ ਹੈ। ਗੁਰਮੁਖੋ, ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਮਧਾਣੀ ਰਿੜਕਦਿਆਂ ਹੋਇਆਂ ਬਚਨ ਪੜ੍ਹਦੇ ਪੈਣਾ, ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸ਼ਬਦ ਉਸ ਵੇਲੇ, ਸੋ ਇਹ ਸ਼ਬਦ ਪੈ ਗਿਆ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੰਨਾਂ ਦੇ ਵਿੱਚ, ਦਿਨ ਚੜ੍ਹਿਆ ਅਤੇ ਉਸ ਵੇਲੇ ਬੀਬੀ ਜੀ ਨੂੰ ਬੇਨਤੀ ਕਰਦੇ, ਕਹਿਣ ਲੱਗੇ ਧੀਏ ਅੰਮ੍ਰਿਤ ਵੇਲੇ ਆਪ ਸ਼ਬਦ ਪੜ੍ਹਦੇ ਪਏ, ਸੁਣ ਕੇ ਬੜਾ ਆਨੰਦ ਆਇਆ, ਬੜਾ ਚੈਨ ਮਿਲਿਆ, ਬੜੀ ਸ਼ਾਂਤੀ ਆਈ ਹੈ, ਇਹ ਗੁਰਬਾਣੀ ਇਹ ਸ਼ਬਦ ਕਿੱਥੋਂ ਆਪ ਜੀ ਨੂੰ ਮਿਲਿਆ ਹੈ? ਬੀਬੀ ਅਮਰੋ ਜੀ ਕਹਿਣ ਲੱਗੇ ਇਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਹੈ, ਅਤੇ ਉਹ ਬਾਣੀ ਦਾ ਸ਼ਬਦ ਮੈਂ ਨਿਤਨੇਮ ਦੇ ਰੂਪ ਦੇ ਵਿੱਚ ਅੰਮ੍ਰਿਤ ਵੇਲੇ ਹਰ ਰੋਜ਼ ਪੜ੍ਹਦੀ ਹਾਂ। ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਚੱਲ ਫਿਰ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਲੈ ਚੱਲ ਧੀਏ। ਉਸ ਵੇਲੇ ਬੀਬੀ ਅਮਰੋ ਜੀ ਕਹਿਣ ਲੱਗੀ ਚਾਚਾ ਜੀ, ਉਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤਾਂ ਸੱਚਖੰਡ ਚਲੇ ਗਏ, ਸਰੀਰ ਛੱਡ ਗਏ, ਹੁਣ ਉਹਨਾਂ ਦੀ ਜਗ੍ਹਾ ਦੇ ਉੱਪਰ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਅਤੇ ਉਸ ਵੇਲੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਖਿਆ, ਅਜੇ ਗੁਰੂ ਨਹੀਂ ਬਣੇ, ਅਜੇ ਘਰ ਵਿੱਚ ਹੀ ਬੈਠੇ ਆਪਣੇ ਬਾਸਰ ਕੇ ਨਗਰ। ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰ, ਮੈਨੂੰ ਆਪਣੇ ਪਿਤਾ ਦੇ ਕੋਲ ਹੀ ਲੈ ਚੱਲ, ਮੈਂ ਉਹਨਾਂ ਦੇ ਕੋਲੋਂ ਜਾ ਕੇ ਉਪਦੇਸ਼ ਲੈ ਲਵਾਂ। ਬੀਬੀ ਅਮਰੋ ਜੀ ਕਹਿਣ ਲੱਗੇ, ਕਹਿੰਦੇ ਜਿਸ ਵੇਲੇ ਮੇਰੀ ਡੋਲੀ ਵਧਾਈਗੀ ਹੋਈ ਨਾ, ਮੈਂ ਚੱਲੀ ਨਾ ਆਪਣੇ ਪੇਕੇ ਘਰ ਤੋਂ, ਉਦੋਂ ਪਿਤਾ ਜੀ ਨੇ ਵਚਨ ਸਮਝਾਏ ਸਨ ਵੀ ਧੀਏ ਜਿੰਨਾ ਚਿਰ ਬੁਲਾਈਏ ਨਾ ਉਨਾ ਚਿਰ ਆਉਣਾ ਹੀ ਨਹੀਂ ਸਹੁਰੇ ਘਰ ਤੋਂ, ਅਤੇ ਜਿੰਨਾ ਚਿਰ ਭੇਜੀਏ ਨਾ ਉਨਾ ਚਿਰ ਜਾਣਾ ਨਹੀਂ ਹੈ, ਇਹ ਸਾਡੇ ਵੱਡਿਆਂ ਦੀਆਂ ਰੋਹ ਰੀਤੀਆਂ, ਇਹ ਮਰਿਆਦਾਵਾਂ, ਇਹ ਵਚਨ ਸਨ, ਇਹ ਪਰੰਪਰਾ ਸਨ ਉਹਨਾਂ ਦੀਆਂ, ਵੀ ਐਵੇਂ ਵਾਰ ਵਾਰ ਜਾਣਾ ਆਉਣਾ ਉਹਦੇ ਨਾਲ ਇੱਜ਼ਤ ਮਾਣ ਘੱਟਦਾ ਹੈ, ਇੱਧਰ ਦੀਆਂ ਗੱਲਾਂ ਉੱਧਰ ਪਹੁੰਚਾਉਣੀਆਂ, ਡਾਕੀਏ ਦਾ ਕੰਮ ਕਰਨਾ, ਸੋ ਇਹ ਕੰਮ ਕਰਮ ਨਹੀਂ ਕਰਨਾ, ਇਹ ਵੱਡਿਆਂ ਦੀਆਂ ਪਰੰਪਰਾਵਾਂ ਸਾਡੇ ਗੁਰੂ ਪਾਤਸ਼ਾਹ ਦੀਆਂ। ਅੱਜ ਤਾਂ ਗੁਰਮੁਖੋ ਚਲੋ ਮੋਬਾਇਲ ਫੋਨ ਆ ਗਿਆ, ਝੱਟ ਹੀ ਇੱਧਰਲਾ ਡਾਟਾ ਦੂਜੇ ਬੰਨੇ ਟ੍ਰਾਂਸਫਰ ਹੋ ਜਾਂਦਾ, ਉਸੇ ਵੇਲੇ ਵੀ ਅੱਜ ਆਹ ਬਣਿਆ, ਅੱਜ ਉਹ ਬਣਾਇਆ ਸੀ, ਅੱਜ ਆਹ ਗੱਲਬਾਤ ਹੋਈ, ਸਾਰਾ ਕੁਝ ਦੱਸਦੇ ਨਾ, ਤਾਂ ਹੀ ਕਲੇਸ਼ ਕਚਹਿਰੀਆਂ ਵਿੱਚ ਵੇਖੋ ਨੰਬਰ ਹੀ ਨਹੀਂ ਆਉਂਦਾ ਪਿਆ, ਵਾਰੀ ਨਹੀਂ ਆਉਂਦੀ ਪਈ, ਇੰਨੇ ਕਲੇਸ਼ ਬਣੇ ਹੋਏ, ਉਹ ਕਲੇਸ਼ ਆਪ ਹੀ ਅਸੀਂ ਪਾਏ ਹੋਏ, ਕੋਈ ਬਾਹਰੋਂ ਨਹੀਂ ਸਾਨੂੰ ਪਾ ਕੇ ਦੇ ਕੇ ਗਿਆ। ਰੋਹ ਵਿਚਾਰ ਇਹ ਹੈ, ਮਹਾਰਾਜ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ
ਸਾਡੇ ਪਿਤਾ ਨੇ ਆਖਿਆ ਵੀ ਜਿੰਨਾ ਚਿਰ ਬੁਲਾਈਏ ਨਾ ਧੀਏ ਆਉਣਾ ਨਹੀਂ, ਜਿੰਨਾ ਚਿਰ ਭੇਜੀਏ ਨਾ ਉਨਾ ਚਿਰ ਜਾਣਾ ਨਹੀਂ ਹੈ। ਸੋ ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਧੀਏ ਤੂੰ ਮੈਨੂੰ ਲੈ ਚੱਲ, ਮੈਂ ਤੇਰੀ ਥਾਂ 'ਤੇ ਜਾ ਕੇ ਆਪੇ ਮਾਫ਼ੀ ਮੰਗ ਲਵਾਂਗਾ। ਬਚਨ ਮੰਨਿਆ, ਉਸ ਵੇਲੇ ਤਿਆਰ ਹੋ ਪਏ, ਚੱਲ ਪਏ ਖਡੂਰ ਸਾਹਿਬ ਦੇ ਕੋਲ ਆ ਕੇ ਸਤਿਗੁਰਾਂ ਨੂੰ ਆਖਿਆ, ਬੀਬੀ ਅਮਰੋ ਜੀ ਹਨ ਤੁਸੀਂ ਇੱਥੇ ਬੈਠੋ, ਮੈਂ ਪਿਤਾ ਜੀ ਨੂੰ ਪੁੱਛ ਆਵਾਂ ਜਾ ਕੇ ਵੀ ਮੇਰੇ ਨਾਲ ਚਾਚਾ ਸਹੁਰਾ ਜੀ ਆਏ ਤੁਹਾਨੂੰ ਮਿਲਣਾ ਚਾਹੁੰਦੇ। ਜਿਸ ਵੇਲੇ ਬੀਬੀ ਅਮਰੋ ਜੀ ਗਏ ਦਰਸ਼ਨ ਕਰਨ ਵਾਸਤੇ, ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਸਿਰ ਦੇ ਉੱਪਰ ਪਿਆਰ ਦਿੰਦਿਆਂ ਹੋਇਆਂ ਪਹਿਲਾ ਬਚਨ ਹੀ ਆਖਿਆ, ਕਹਿਣ ਲੱਗੇ ਧੀਏ ਤੈਨੂੰ ਬੁਲਾਇਆ ਨਹੀਂ ਤਾਂ ਫਿਰ ਤੂੰ ਆਈ ਕਿਉਂ ਹੈ। ਇਹ ਪਹਿਲਾ ਬਚਨ ਉਹਨਾਂ ਨੇ ਉਸੇ ਵੇਲੇ ਵੇਖ ਕੇ ਆਖਿਆ ਵੀ ਤੈਨੂੰ ਬੁਲਾਇਆ ਤਾਂ ਹੈ ਨਹੀਂ ਅਤੇ ਬਿਨਾਂ ਬੁਲਾਉਣ ਤੋਂ ਆਉਣਾ ਠੀਕ ਨਹੀਂ ਹੈ। ਉਸ ਵੇਲੇ ਹੱਥ ਜੋੜ ਕੇ ਆਖਿਆ, ਕਹਿਣ ਲੱਗੀ ਪਿਤਾ ਸਤਿਗੁਰੂ ਜੀ ਮੈਨੂੰ ਬੁਲਾਇਆ ਤਾਂ ਤੁਸੀਂ ਨਹੀਂ ਹੈ, ਪਰ ਮੈਨੂੰ ਕਿਸੇ ਨੇ ਮਜਬੂਰ ਕਰ ਦਿੱਤਾ ਤੁਹਾਡੇ ਕੋਲ ਆਉਣ ਵਾਸਤੇ, ਮੈਂ ਤਾਂ ਚੱਲ ਕੇ ਆਈ। ਦੂਜਾ ਬਚਨ ਮੁੱਖੋਂ ਨਿਕਲਿਆ, ਕਹਿਣ ਲੱਗੇ ਜਿਹਨੂੰ ਨਾਲ ਲੈ ਕੇ ਆਈ ਉਹਨੂੰ ਰਸਤੇ 'ਚ ਕਿਉਂ ਬਿਠਾਇਆ ਹੈ, ਫਿਰ ਨਾਲ ਇੱਥੇ ਹੀ ਲੈ ਕੇ ਆਉਣਾ ਸੀ ਨਾ ਸਾਡੇ ਤੱਕ। ਫਿਰ ਜਾ ਕੇ ਆਵਾਜ਼ ਮਾਰੀ ਗੁਰੂ ਅਮਰਦਾਸ ਪਾਤਸ਼ਾਹ ਨੂੰ, ਬੀਬੀ ਅਮਰੋ ਜੀ ਸਤਿਗੁਰੂ ਸਾਹਮਣੇ ਆਏ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਸਾਹਮਣੇ ਆਏ ਨਾ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ, ਸਤਿਗੁਰੂ ਉੱਠ ਕੇ ਵੇਖ ਕੇ ਖੜ੍ਹੇ ਹੋ ਗਏ ਵੀ ਸਾਡੇ ਕੁੜਮ ਸਾਹਿਬ ਆ ਗਏ ਨੇ, ਸਾਡੇ ਲੜਕੀ ਦੇ ਇਹ ਚਾਚਾ ਸਹੁਰਾ ਜੀ ਲੱਗਦੇ। ਮਹਾਰਾਜ ਆਪਣਾ ਕੁੜਮ ਜਾਣ ਕੇ, ਰਿਸ਼ਤੇਦਾਰ ਜਾਣ ਕੇ, ਗੱਲ ਲਾਉਣ ਵਾਸਤੇ, ਜਫੀ ਪਾਉਣ ਵਾਸਤੇ ਉੱਠ ਕੇ ਖੜ੍ਹੇ ਹੋ ਗਏ। ਰਿਸ਼ਤੇਦਾਰੀ ਦਾ ਆਪਣਾ ਅਸੂਲ ਹੈ, ਸਿੱਖ ਅਤੇ ਗੁਰੂ ਦਾ ਆਪਣੀ ਭਾਵਨਾ ਹੋਇਆ ਕਰਦੀ ਹੈ। ਜਦੋਂ ਮਹਾਰਾਜ ਸਾਹਿਬ ਜੀ ਉੱਠੇ ਅਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਨਹੀਂ ਅੱਜ ਮੈਂ ਕੁੜਮ ਬਣ ਕੇ, ਸੰਬੰਧੀ ਬਣ ਕੇ ਨਹੀਂ ਆਇਆ ਮਹਾਰਾਜ, ਅੱਜ ਮੈਂ ਤੁਹਾਡੇ ਘਰ ਦਾ ਸੇਵਕ ਬਣ ਕੇ ਆਇਆ ਹਾਂ। ਮੈਨੂੰ ਆਪਣੇ ਗੱਲ ਦੇ ਨਾਲ ਨਹੀਂ, ਮੈਨੂੰ ਆਪਣੇ ਚਰਨਾਂ 'ਤੇ ਮੱਥਾ ਟੇਕਣ ਦਿਓ ਮਹਾਰਾਜ, ਇਹ ਮੇਰੇ 'ਤੇ ਕਿਰਪਾ ਕਰੋ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਿੰਘਾਸਨ 'ਤੇ ਬੈਠ ਗਏ। ਗੁਰੂ ਅਮਰਦਾਸ ਪਾਤਸ਼ਾਹ ਦੀ ਉਮਰਾਂ ਵੱਡੀ ਹੈ ਗੁਰਮੁਖੋ ਸਰੀਰ ਕਰਕੇ, ਰਿਸ਼ਤੇਦਾਰੀ ਵੀ ਵੱਡੀ ਹੈ, ਪਰ ਜਿਨ੍ਹਾਂ ਨੇ ਪ੍ਰਾਪਤ ਕਰਨਾ ਨਾ ਫਿਰ ਚਰਨਾਂ 'ਤੇ ਉਸ ਵੇਲੇ ਮੱਥਾ ਟੇਕਿਆ ਅਤੇ ਗੁਰੂ ਪਾਤਸ਼ਾਹ ਦੇ ਕੋਲੋਂ ਸੇਵਾ ਮਿਲੀ, ਪਾਣੀ ਭਰਨ ਦੀ ਸੇਵਾ, ਪਾਣੀ ਭਰਨ ਦੀ, ਜਿਹੜਾ ਸਭ ਤੋਂ ਨੀਵਾਂ ਕੰਮ ਸਮਝਿਆ ਜਾਂਦਾ ਨਾ ਪਾਣੀ। ਆਪਾਂ ਆਮ ਹੀ ਕਹਿ ਦਿੰਦੇ ਫਲਾਣਾ ਅਤੇ ਫਲਾਣੇ ਦਾ ਪਾਣੀ ਭਰਦਾ ਹੈ, ਵੀ ਗੋਲਾ ਹੀ ਲੱਗਾ ਹੋਇਆ ਹੈ, ਉਹ ਸੇਵਾ ਲਈ ਪਾਣੀ ਭਰਨ ਦੀ। ਭੱਟਾ ਨੇ ਐਵੇਂ ਨਹੀਂ ਆਖਿਆ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ, ਐਵੇਂ ਥੋੜ੍ਹੀ ਉਹਨਾਂ ਨੇ ਆਖਿਆ ਹੈ। ਇਹ ਗੁਣ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਹੀ ਹੈ, ਐਸਾ ਸਭ ਕੁਝ ਹੁੰਦਿਆਂ ਵੀ ਚਰਨਾਂ ਦੇ ਉੱਪਰ ਆ ਕੇ ਟੈਪ ਹੈ, ਫਿਰ ਸੇਵਾ ਕਰਕੇ ਬਖਸ਼ਿਸ਼ ਨੂੰ ਪ੍ਰਾਪਤ ਹੋਏ। ਉਹ ਬਚਨ ਮਹਾਰਾਜ ਇੱਥੇ ਸਾਂਝਾ ਕਰਦੇ ਪਏ, ਕਹਿਣ ਲੱਗੇ ਗੁਣ ਕਾ ਗਾਹਕ ਜੇ ਮਿਲੇ, ਜੇ ਕਿਸੇ ਦੇ ਕੋਲ ਸ਼ਰਧਾ ਰੂਪੀ ਗੁਣ ਹੋਵੇ ਨਾ, ਇਹੋ ਜਿਹਾ ਗਾਹਕ ਮਿਲ ਜਾਵੇ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵਰਗਾ, ਜੇ ਕਿਸੇ ਦੇ ਮਨ ਵਿੱਚ ਸ਼ਰਧਾ ਹੋਵੇ ਭਾਈ ਲਹਿਣਾ ਸਾਹਿਬ ਵਰਗਾ ਗਾਹਕ ਮਿਲ ਜਾਵੇ ਨਾ, ਅਤੇ ਭਾਈ ਜੋਤ ਜੀ ਨੂੰ ਜਾ ਕੇ ਆਖੇ ਵੀ ਗੁਰੂ ਕਿਹਾ ਸਿੱਖਾ ਕਿਰਪਾ ਕਰ, ਇਹ ਜੋ ਸ਼ਬਦ ਅੰਮ੍ਰਿਤ ਵੇਲੇ ਪੜਿਆ ਮੇਰੀ ਝੋਲੀ ਵੀ ਇਹ ਦਾਤ ਪੈ ਜਾਵੇ, ਤਾਂ ਫਿਰ ਉਹ ਭਾਈ ਲਹਿਣਾ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਚਲੇ ਜਾਂਦੇ, ਜਾ ਕੇ ਬੇਨਤੀ ਕਰਦੇ, ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀ, ਉਹ ਇਸ ਤਰ੍ਹਾਂ ਫਿਰ ਜਾ ਕੇ ਤਰਲਾ ਕਰਦੇ। ਇਸ ਤਰ੍ਹਾਂ ਦਾ ਗੁਰਮੁਖੋ ਕੋਈ ਸ਼ਰਧਾਵਾਨ ਮਿਲ ਜਾਵੇ ਗੁਰੂ ਦੀ ਬਖਸ਼ਿਸ਼ ਵਾਲਾ, ਤਾਂ ਪ੍ਰਾਪਤੀ ਹੁੰਦੀ ਹੈ। ਗੜ ਸ਼ੰਕਰ ਨਾਮ ਦਾ ਸ਼ਹਿਰ ਆਪਣੇ ਨੇੜੇ, ਇੱਥੇ ਇੱਕ ਰਹਿੰਦਾ ਹਨ ਜੋਗੀ, ਅਤੇ ਜੋਗੀ ਕਹਿਣ ਲੱਗਾ ਵੀ ਆਓ ਮੇਰੇ ਦਰਸ਼ਨ ਕਰੋ, ਭਾਈ ਜਿੰਨੇ ਕਰਨੇ ਜਿਹੜਾ ਮੇਰੇ ਦਰਸ਼ਨ ਕਰੇਗਾ ਇੱਕ ਸਾਲ ਸਵਰਗਾਂ ਦਾ ਦੇਵਾਂਗਾ। ਲੋਕ ਚਲੇ ਗਏ,
ਫਿਰ ਪੁੱਛਿਆ ਆਪਣੇ ਚੇਲਿਆਂ ਨੂੰ ਕਿੰਨੇ ਕੁ ਲੋਕ ਰਹਿ ਗਏ, ਕਹਿੰਦਾ ਜੀ ਅੱਧਾ ਪਿੰਡ ਰਹਿ ਗਿਆ। ਕਹਿਣ ਲੱਗਾ ਆਓ ਮੇਰੇ ਦਰਸ਼ਨ ਕਰ ਲਓ, ਮੈਂ 2 ਸਾਲ ਤੁਹਾਨੂੰ ਸਵਰਗਾਂ ਦਾ ਸੁੱਖ। ਫਿਰ ਪੁੱਛਿਆ ਹੁਣ ਕੋਈ ਰਹਿ ਗਿਆ, ਕਹਿੰਦੇ ਇੱਕ ਸਿੱਖ ਰਹਿ ਗਿਆ। ਕਹਿੰਦਾ ਜਾਓ ਆਵਾਜ਼ ਮਾਰ ਕੇ ਲਿਆਓ, 5 ਸਾਲ ਮੈਂ ਸੁੱਖ ਦੇਵਾਂਗਾ ਸਵਰਗਾਂ ਦਾ। ਸਿੱਖ ਫਿਰ ਵੀ ਨਹੀਂ ਆਇਆ ਹੈ, ਨਾਮ ਹੈ ਭਾਈ ਤਿਲਕੂ ਜੀ। ਫਿਰ ਜੋਗੀ ਆਪ ਹੀ ਚਲਾ ਗਿਆ, ਸਾਖੀ ਬੜੀ ਲੰਮੇਰੀ, ਆਪ ਹੀ ਚਲਾ ਗਿਆ, ਦਰਵਾਜ਼ਾ ਖੜਕਾ ਕੇ ਆਖਦਾ ਸਿੱਖਾ ਮੇਰੇ ਦਰਸ਼ਨ ਕਰ, ਮੈਂ ਤੈਨੂੰ 10 ਸਾਲ ਦਾ ਸਵਰਗਾਂ ਦਾ ਸੁੱਖ ਦੇਵਾਂਗਾ। ਅਤੇ ਸਿੱਖ ਨੇ ਆਵਾਜ਼ ਦੇ ਕੇ ਆਖਿਆ 10 ਛੱਡ, ਤੂੰ ਭਾਵੇਂ 10,000 ਸਾਲ ਦਾ ਵੀ ਸੁੱਖ ਦੇ, ਮੈਂ ਤੇਰੇ ਮੱਥੇ ਨਹੀਂ ਲੱਗਣਾ ਚਾਹੁੰਦਾ, ਕਿਉਂਕਿ ਮੇਰਾ ਗੁਰੂ ਪੂਰਾ ਹੈ, ਜਦੋਂ ਗੁਰੂ ਦਾ ਦਿਦਾਰਾ ਕਰ ਲਿਆ ਤੇਰਾ ਮੈਂ ਕਿਉਂ ਕਰਾਂ। ਉਸ ਵੇਲੇ ਜੋਗੀ ਨੇ ਵੇਖਿਆ ਵੀ ਇਹ ਤਾਂ ਸਿੱਖ ਵਾਕਿਆ ਗੁਰੂ ਦੇ ਚਰਨਾਂ ਦਾ ਭੌਰਾ, ਦਰਵਾਜ਼ਾ ਖੜਕਾ ਕੇ ਆਖਿਆ, ਕਹਿਣ ਲੱਗਾ ਇਸ ਤਰ੍ਹਾਂ ਕਰ, ਮੇਰੇ ਦਰਸ਼ਨ ਨਾ ਕਰ ਪਰ ਆਪਣੇ ਦਰਸ਼ਨ 'ਤੇ ਦੇ ਨਾ ਮੈਨੂੰ, ਦਰਵਾਜ਼ਾ ਖੋਲ੍ਹ ਗੁਰੂ ਕਿਹਾ ਸਿੱਖਾ। ਦਰਵਾਜ਼ਾ ਖੋਲ੍ਹਿਆ ਭਾਈ ਤਿਲਕੂ ਜੀ ਨੇ, ਜੋਗੀ ਆਖਦਾ ਮੈਨੂੰ ਆਪਣਾ ਸੇਵਕ ਬਣਾ ਲਓ। ਭਾਈ ਤਿਲਕੂ ਜੀ ਕਹਿੰਦੇ ਮੈਂ ਕੌਣ ਹੁੰਦਾ ਭਾਈ ਸੇਵਕ ਬਣਾਉਣ ਵਾਲਾ, ਸੇਵਕ ਬਣਾਉਣ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਜੇ ਤੂੰ ਕਵੇਂ ਤਾਂ ਚੱਲ ਤੈਨੂੰ ਮੈਂ ਉਹਨਾਂ ਦੇ ਕੋਲ ਲੈ ਚੱਲਾਂ। ਉਹ ਜੋਗੀ ਫਿਰ ਆ ਗਿਆ ਮਹਾਰਾਜ ਦੇ ਕੋਲ ਚੱਲ ਕੇ। ਗੁਰਮੁਖੋ ਅੱਜ ਕੱਲ੍ਹ ਕੁਝ ਕੁ ਸਾਧ ਜਿਹੜੇ ਨੈੱਟ 'ਤੇ ਮਸ਼ਹੂਰ ਹੋ ਜਾਂਦੇ ਨਾ, ਸੋ ਉਹਨਾਂ ਦੇ ਚਰਨਾਂ 'ਤੇ ਜਾ ਕੇ ਸਾਡੇ ਅੰਮ੍ਰਿਤਧਾਰੀ ਸਿੱਖ ਜਾ ਕੇ ਉਹਨਾਂ ਨੂੰ ਮੱਥਾ ਟੇਕਦੇ ਪਏ ਵੀ ਆਹ ਬੜਾ ਵੱਡਾ ਮਹੰਤ ਹੈ, ਬੜਾ ਵੱਡਾ ਸਾਧੂ ਹੈ, ਸਾਨੂੰ ਇਹ ਸਾਖੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਵੀ ਗੁਰੂ ਕਾ ਸਿੱਖ ਉਹ ਜੋਗੀ ਦੇ ਸਾਹਮਣੇ ਨਹੀਂ ਆਇਆ। ਕਹਿਣ ਲੱਗਾ ਨਹੀਂ, ਇਹੋ ਜਿਹਾ ਜੋਗੀ ਦੇ ਦਰਸ਼ਨ ਚਾਹੀਦੇ ਜਿਹੜਾ ਗੁਰੂ ਦੇ ਆਪਣੇ ਆਪ ਨੂੰ ਵੱਡਾ ਜਨਾਉਂਦਾ ਹੈ, ਅਤੇ ਗੁਰੂ ਕਾ ਸਿੱਖ ਦਿਦਾਰਾ ਕਰਦਾ ਆਪਣੇ ਗੁਰੂ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਐਸੀ ਅਵਸਥਾ ਹੈ। ਸੋ ਕਹਿਣ ਲੱਗੇ ਵੀ ਫਿਰ ਉਹਨੇ ਤਰਲਾ ਕੀਤਾ ਜੋਗੀ ਨੇ, ਗੁਰੂ ਕਿਹਾ ਸਿੱਖਾ ਲੈ ਚੱਲ ਮੈਨੂੰ ਆਪਣੇ ਗੁਰੂ ਦੇ ਕੋਲ। ਅਤੇ ਉਸ ਵੇਲੇ ਚੱਲ ਪਿਆ ਸਿੱਖ ਲੈ ਕੇ। ਜਦੋਂ ਚੱਲਦਿਆਂ ਚੱਲਦਿਆਂ ਰਸਤੇ ਵਿੱਚ ਬਚਨ ਬਿਲਾਸ ਹੋਏ ਵੀ ਗੁਰੂ ਦੀ ਉਮਰਾਂ ਕਿੰਨੀ ਕੁ ਹੈ ਅਤੇ ਗੁਰੂ ਪਾਤਸ਼ਾਹ ਕੀ ਕੰਮ ਕਾਰ ਕਰਦੇ, ਅਤੇ ਭਾਈ ਤਿਲਕੂ ਜੀ ਨੇ ਦੱਸਿਆ ਵੀ ਗੁਰੂ ਦੀ ਉਮਰਾਂ ਕੋਈ ਬਹੁਤੀ ਵੱਡੀ ਨਹੀਂ, 35-40 ਸਾਲ ਹੋਵੇਗੀ, ਅਤੇ ਗੁਰੂ ਪਾਤਸ਼ਾਹ ਦਾ ਪਰਿਵਾਰ ਵੀ ਹੈ। ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਜੋਗੀ ਦਿਲ, ਮੈਂ ਤਾਂ ਐਡੀ ਲੰਮੀ ਉਮਰਾਂ 1000 ਸਾਲ ਮੇਰੀ ਉਮਰਾਂ, ਗੁਰੂ ਦੀ ਉਮਰਾਂ 35-40 ਸਾਲ, ਗੁਰੂ ਤਾਂ ਨਿੱਕਾ ਹੋਇਆ ਮੇਰੇ ਨਾਲੋਂ, ਨਾਲੇ ਉਹ ਵਿਆਹ ਵੀ ਕਰਾਈ ਬੈਠਾ ਹੈ। ਜਦੋਂ ਐਸਾ ਸ਼ੰਕਾ ਪੈਦਾ ਹੋਇਆ, ਜਾਣੀ ਜਾਣ ਮਹਾਰਾਜ ਨੇ ਜਾਣ ਲਿਆ, ਸਤਿਗੁਰੂ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਕਨਾਤ ਅੱਗੇ ਤੰਬੂ ਲਾ ਦਿਓ ਭਾਈ, ਇਹ ਜੋਗੀ ਆਉਂਦਾ ਪਿਆ ਇਹਨੂੰ ਅਸੀਂ ਦਰਸ਼ਨ ਦੇਣੇ ਹੀ ਕੋਈ ਨਹੀਂ। ਜੋਗੀ ਆਇਆ ਮਹਾਰਾਜ ਦੇ ਦਰਬਾਰ ਵਿੱਚ, ਤੰਬੂ ਲੱਗਾ ਵੇਖ ਕੇ ਹੈਰਾਨ ਹੋ ਗਿਆ, ਸਤਿਗੁਰੂ ਇਹ ਕੀ ਹੈ, ਆਪ ਦੇ ਦਰਸ਼ਨ ਕਰਨ ਆਇਆ, ਪਰਦਾ ਕਰਕੇ ਬੈਠ ਗਿਆ। ਮਹਾਰਾਜ ਨੇ ਫਿਰ ਇਹਦਾ ਪਾਟਾ ਹੋਇਆ ਕੰਨ ਜਿਹੜਾ ਸੀ ਨਾ ਉਹ ਕੱਢ ਕੇ ਵਿਖਾਇਆ, ਪਿੱਛੇ ਕੋਈ ਸਾਖੀ ਸੀ ਇਹਦੇ ਜੀਵਨ ਦੇ ਨਾਲ ਜੁੜੀਏ, ਕਿਤੇ ਨਾ ਬੇੜੇ 'ਤੇ ਬੈਠ ਕੇ ਸਮੁੰਦਰ ਵਿੱਚ ਜਾਂਦਾ ਪਿਆ ਸੀ। ਅਤੇ ਮਲਾਹ ਨੇ ਆਖਿਆ ਵੀ ਸਵਾਰੀਆਂ ਜ਼ਿਆਦੀਆਂ ਹੋ ਗਈਆਂ, ਪਾਣੀ ਦੇ ਵਿੱਚ ਬਹੁਤੀ ਹਲਚਲ ਹੋ ਗਈ, ਆਪਾਂ ਸਾਰੇ ਡੁੱਬ ਜਾਵਾਂਗੇ, ਇੱਕ ਬੰਦਾ ਵਿੱਚੋਂ ਉਤਰ ਜਾਓ, ਇੱਕ ਦੇ ਮਰਿਆਂ ਬਾਕੀ ਬਚ ਜਾਣਗੇ। ਅਤੇ ਉਸ ਵੇਲੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਪਏ ਵੀ ਕਿਹੜਾ ਉਤਰੇ। ਉਹਨਾਂ ਸਾਰਿਆਂ ਨੇ ਸਲਾਹ ਕੀਤੀ ਵੀ ਆਪਾਂ ਦੇ ਸਾਰੇ ਪਰਿਵਾਰ ਵਾਲੇ ਹਾਂ, ਬੱਚਿਆਂ ਵਾਲੇ ਹਾਂ, ਆ ਜੋਗੀ ਬੈਠਾ ਛੜਾ, ਨਾ ਇਹਦਾ ਕੋਈ ਵਿਆਹ ਨਾ ਕੋਈ ਧੀਆ ਪੁੱਤਰ, ਇਹਦਾ ਕੀ ਕਰਨਾ ਆਪਾਂ ਸਾਰਿਆਂ ਨੇ। ਉਹਨਾਂ ਨੇ ਚੁੱਕ ਕੇ ਜੋਗੀ ਨੂੰ ਪਾਣੀ ਵਿੱਚ ਸੁੱਟ ਦਿੱਤਾ ਵੀ ਆਪਣੀ ਜਾਨ ਬਚਾਈਏ। ਜੋਗੀ ਪਾਣੀ ਵਿੱਚ ਡੁੱਗਿਆ ਅਤੇ ਮੱਛ ਆਇਆ ਅਤੇ ਜੋਗੀ ਦਾ ਕੰਨ ਹੀ ਖਾ ਗਿਆ ਆ ਕੇ, ਅਤੇ ਜੋਗੀ ਕਿਤੇ ਹੱਥ ਪੈਰ ਮਾਰਦੇ ਅੰਬਸਾਂ ਹੀ ਕਿਨਾਰੇ 'ਤੇ ਪਹੁੰਚਿਆ। ਜਦੋਂ ਹੁਣ ਅੱਜ ਗੁਰੂ ਦੇ ਦਰਬਾਰ 'ਤੇ ਗਿਆ, ਮਹਾਰਾਜ ਨੇ ਉਹ ਕੰਨ ਹੀ ਇਹਦਾ ਕੱਢ ਕੇ ਵਿਖਾਇਆ, ਕਹਿੰਦੇ ਆ ਤੇਰਾ ਹੀ ਹੈ ਨਾ ਜਦੋਂ ਸਮੁੰਦਰ ਵਿੱਚ ਡੁੱਬਿਆ ਸੀਗਾ। ਉਸ ਵੇਲੇ ਜਾਣ ਗਿਆ ਵੀ ਸਤਿਗੁਰਾਂ ਦੀ ਉਮਰਾਂ ਦੇ ਭਾਵੇਂ ਛੋਟੀ ਹੈ ਪਰ ਇਹ ਜਾਣੀ ਜਾਣ ਮਹਾਰਾਜ, ਸਭ ਕੁਝ ਹੀ ਜਾਣਦੇ, ਚਰਨਾਂ 'ਤੇ ਢਹਿਬਿਆ, ਮਹਾਰਾਜ ਉਪਦੇਸ਼ ਦਿਓ, ਆਪਣਾ ਸਿੱਖ ਬਣਾਓ, ਮੇਰੇ 'ਤੇ ਕਿਰਪਾ ਕਰੋ। ਉਹ ਬਚਨ ਇੱਥੇ ਮਹਾਰਾਜ ਕਰਦੇ, ਕਹਿਣ ਲੱਗੇ ਗੁਣਕਾ ਗਾਹਕ ਜੇ ਮਿਲੈ,
ਜੇ ਕੋਈ ਭਾਈ ਸ਼ਰਧਾ ਵਾਲਾ ਮਿਲ ਜਾਏ ਨਾ ਗੁਰੂ ਦਾ ਪਿਆਰਾ, ਤੇ ਫਿਰ ਉੱਥੇ ਗੁਣ ਵੇਚਣ ਦਾ ਵੀ ਲਾਭ ਹੁੰਦਾ ਹੈ। ਫਰਮਾਉਂਦੇ ਹਨ ਗੁਣ ਲੱਖ ਵਿਕਾਏ, ਤਾਂ ਫਿਰ ਗੁਣ ਲੱਖਾਂ ਦੇ ਵਿੱਚ ਵਿਕਦਾ, ਭਾਵ ਇਹ ਹੈ ਵੀ ਗੁਣ ਦੀ ਫਿਰ ਕੀਮਤ ਪੈ ਜਾਂਦੀ ਹੈ। ਜੇ ਕੋਈ ਅੱਗੋਂ ਗੁਣ ਖਰੀਦਣ ਵਾਲਾ ਹੋਵੇ, ਜੇ ਕੋਈ ਸ਼ਰਧਾਲੂ ਮਿਲ ਜਾਵੇ, ਜਗਿਆਸੂ ਮਿਲ ਜਾਵੇ, ਜਿਹਦੇ ਮਨ ਵਿੱਚ ਇਹ ਭਾਵਨਾ ਹੋਵੇ ਵੀ ਮੈਂ ਗੁਰੂ ਕੋਲੋਂ ਕੁਝ ਲੈਣਾ ਹੈ, ਉੱਥੇ ਤੁਸੀਂ ਗੁਰੂ ਦੀ ਗੱਲ ਕਰੋਗੇ, ਬੜੇ ਧਿਆਨ ਦੇ ਨਾਲ ਸੁਣੇਗਾ, ਫਿਰ ਉਹਦੀ ਕਮਾਈ ਵੀ ਕਰੇਗਾ। ਜਿੱਥੇ ਕੋਈ ਸੁਣਨਾ ਹੀ ਨਹੀਂ ਚਾਹੁੰਦਾ, ਕੋਈ ਕਮਾਈ ਨਹੀਂ ਕਰਨੀ ਚਾਹੁੰਦਾ, ਉੱਥੇ ਤਾਂ ਮਹਾਰਾਜ ਕਹਿਣ ਲੱਗੇ, ਕਹਾਂ ਸਵਾਨ ਕੋ ਸਿਮਰਤ ਸੁਣਾਏ, ਕਹਾਂ ਸਾਕਤ ਪੈ ਹਰ ਗੁਣ ਗਾਏ। ਕੁੱਤੇ ਦੇ ਕੋਲ ਬੈਠ ਕੇ ਤੁਸੀਂ ਜਿੰਨੇ ਮਰਜ਼ੀ ਗ੍ਰੰਥ ਪੜ੍ਹੀ ਜਾਓ, ਜਿੰਨੇ ਮਰਜ਼ੀ ਰਾਗ ਪੜ੍ਹੀ ਜਾਓ, ਕੁੱਤੇ ਨੇ ਐਵੇਂ ਆਪਣੇ ਕੰਨ ਹੀ ਫੜਕਾਈ ਜਾਣੇ, ਇੱਧਰ ਉੱਧਰ ਸਿਰ ਹੀ ਮਾਰੀ ਜਾਣਾ। ਕੁੱਤੇ ਨੂੰ ਕੀ ਪਤਾ ਵੀ ਇਹ ਕੀਰਤਨ ਕਰਦਾ ਜਾਂ ਇਹ ਰਾਗ ਪੜ੍ਹਦਾ ਜਾਂ ਇਹ ਗ੍ਰੰਥ ਪੜ੍ਹਦਾ ਪਿਆ, ਕੁੱਤੇ ਨੂੰ ਸਮਝ ਨਹੀਂ ਹੈ। ਸਾਕਤ ਪੁਰਸ਼ਾਂ ਦਾ ਸੁਭਾਅ ਵੀ ਕੁੱਤੇ ਵਰਗਾ ਹੀ ਹੈ। ਜਿੰਨੇ ਮਰਜ਼ੀ ਤੁਸੀਂ ਗੁਰੂ ਦੇ ਗੁਣ ਗਾਈ ਚੱਲੋ, ਉਹਨਾਂ ਨੇ ਆਪਣੇ ਐਵੇਂ ਨਾ ਰੂਪੀ ਕੰਨ ਹਿਲਾਈ ਜਾਣੇ ਵੀ ਨਹੀਂ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਕਿਵੇਂ ਹੋ ਸਕਦਾ ਹੈ। ਸੋ ਇਸ ਤਰ੍ਹਾਂ ਉਹ ਨਿਸ਼ਰਧਕ ਲੋਕ ਮਹਾਰਾਜ ਕਹਿਣ ਲੱਗੇ, ਭਾਈ ਜੇ ਗੁਣਾਂ ਦਾ ਗਾਹਕ ਮਿਲੇ ਤੇ ਉਸ ਨੂੰ ਫਿਰ ਉਪਦੇਸ਼ ਦੀ ਕਮਾਈ ਹੁੰਦੀ ਹੈ। ਜਿਹੜੇ ਸ਼ੁਭ ਗੁਣ ਸਤਿਗੁਰਾਂ ਦੇ ਕੋਲ ਨੇ, ਸਤਿਗੁਰਾਂ ਦੇ ਕੋਲ ਕਿਹੜੇ ਸ਼ੁਭ ਗੁਣ ਨੇ? ਸਤ ਸੰਤੋਖ ਦਇਆ ਧਰਮ ਸੁਣਿਆ, ਸਤ ਸੰਤੋਖ ਗਿਆਨ ਸੁਣਿਆ, 68 ਕਾ ਇਸਨਾਨ ਸੁਣਿਆ, ਪੜ੍ਹ ਪੜ ਪਾਵੈ ਮਾਣ ਸੁਣਿਆ, ਲਾਗੈ ਸਹਿਜ ਧਿਆਨ, ਇਹ ਸਾਰੇ ਗੁਣ ਗੁਰਾਂ ਦੇ ਕੋਲ ਨੇ। ਮਹਾਰਾਜ ਕਹਿਣ ਲੱਗੇ, ਭਾਈ ਜਿਹੜੇ ਸ਼ੁਭ ਗੁਣ ਸਤਿਗੁਰਾਂ ਦੇ ਹਿਰਦੇ ਵਿੱਚ ਸਮਾ ਰਹੇ ਹਨ, ਜੇ ਉਹ ਸ਼ੁਭ ਗੁਣ ਮਿਲ ਜਾਣ, ਗੁਰੂ ਕਿਰਪਾ ਕਰ ਦੇਵੇ, ਸਤਿਗੁਰ ਮਾਹੇ ਸਮਾਏ, ਜਿਹੜੇ ਸਤਿਗੁਰਾਂ ਦੇ ਹਿਰਦੇ ਵਿੱਚ ਸਮਾ ਰਹੇ ਨੇ ਸ਼ੁਭ ਗੁਣ, ਜੇ ਉਹ ਗੁਣ ਮਹਾਰਾਜ ਕਿਰਪਾ ਕਰਕੇ ਸਾਨੂੰ ਦੇ ਦੇਣ, ਸਤ ਦਾ ਗੁਣ, ਸੰਤੋਖ ਦਾ ਗੁਣ, ਧਰਮ ਦਾ ਗੁਣ ਅਤੇ ਦਸਾਂਨੁਵਾਂ ਦੀ ਕਿਰਤ ਕਰਨ ਦਾ ਗੁਣ ਜੇ ਮਹਾਰਾਜ ਸਾਨੂੰ ਦੇ ਦੇਣ, ਤਾਂ ਫਿਰ ਬੜੀ ਕਿਰਪਾ ਹੋਵੇ। ਪਰ ਹੁੰਦੀ ਤਾਂ ਹੀ ਹੈ ਜੇ ਸ਼ਰਧਾ ਹੋਵੇ। ਮਹਾਰਾਜ ਫਿਰ ਫਰਮਾਉਂਦੇ ਹਨ, ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੇ ਸਮਾਏ, ਜੋ ਸਤਿਗੁਰਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਸਮਾਵੇ। ਹੁਣ ਇਹ ਉਪਦੇਸ਼ ਸਤਿਗੁਰਾਂ ਦਾ ਹੀ ਹੈ ਨਾ, ਆਪਾਂ ਤਾਂ ਕੇਵਲ ਇੱਕ ਵਾਜੇ ਹਾਂ ਬੋਲਣ ਵਾਲੇ, ਉਪਦੇਸ਼ ਤਾਂ ਉਹਨਾਂ ਦਾ, ਆਵਾਜ਼ ਤਾਂ ਉਹਨਾਂ ਦੀ ਆ ਰਹੀ ਹੈ ਗੁਰਬਾਣੀ ਦੇ ਅੰਦਰੋਂ। ਜੇ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਸਮਾ ਜਾਵੇ, ਤਾਂ ਪਾਤਸ਼ਾਹ ਕਹਿਣ ਲੱਗੇ, ਫਿਰ ਸਾਧਨਾ ਰੂਪੀ ਗੁਣਾਂ ਦੇ ਨਾਲ ਮਿਲ ਕੇ ਗੁਰੂ ਕਾ ਸਿੱਖ ਗਿਆਨਵਾਨ ਹੋ ਜਾਂਦਾ, ਗਿਆਨ ਦੇ ਸਹਿਤ ਹੋ ਜਾਂਦਾ ਹੈ। ਐਸੀਆਂ ਦਾਤਾਂ ਮਹਾਰਾਜ ਬਖਸ਼ਦੇ ਹਨ। ਅਮੋਲ ਅਮੋਲ ਨਾ ਪਾਈਆ, ਗੁਰਮੁਖੋ ਜੇ ਤੁਸੀਂ ਇਹ ਗੱਲ ਕਹੋ ਨਾ ਵੀ ਮੇਰੇ ਕੋਲ ਬੜਾ ਸੋਨਿਆ ਸੋਨਾ ਘਰ ਵਿੱਚ ਪਿਆ, ਚਾਂਦੀ ਪਈ ਹੈ, ਬੜੇ ਰੁਪਈਏ ਦੇਸ਼ ਵਿਦੇਸ਼ ਬੜੀਆਂ ਮੈਂ ਜਗੀਰਾਂ ਖਰੀਦੀਆਂ ਹੋਈਆਂ, ਅਤੇ ਉਹਨਾਂ ਦੇ ਵੱਟੇ ਮੈਂ ਨਾਮ ਪਾ ਲਵਾਂਗਾ। ਮਹਾਰਾਜ ਕਹਿੰਦੇ ਨਹੀਂ ਪਾਈ, ਮੋਲ ਅਮੋਲ ਨਾ ਪਾਈਏ, ਮੋਲ ਕਹੀਏ ਮੁੱਲ ਦੇ ਨਾਲ, ਜਿਹੜਾ ਅਮੋਲ ਪਰਮਾਤਮਾ ਹੈ ਉਹ ਪਾਇਆ ਨਹੀਂ ਜਾਂਦਾ, ਮੁੱਲ ਨਹੀਂ ਪਾਇਆ ਜਾਏਗਾ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਕਿਸੇ ਤੋਂ ਵੀ, ਇਹ ਨਹੀਂ ਵੀ ਮੇਰੇ ਤੋਂ, ਕਿਸੇ ਤੋਂ ਵੀ, ਭਾਵੇਂ ਸਾਰੀ ਦੁਨੀਆ ਇਕੱਠੀ ਹੋ ਜਾਵੇ, ਧਨ ਲੈ ਕੇ ਵੀ ਲਓ ਸਾਰੇ, ਅਸੀਂ ਤੋਲਾ ਤੋਲਾ ਦੋ ਦੋ ਤੋਲੇ ਸੋਨਾ ਇਕੱਠਾ ਕਰ ਲਈਏ, ਸਾਰੀ ਦੁਨੀਆ ਦਾ ਇਕੱਠਾ ਕਰ ਲਈਏ, ਤਾਂ ਵੀ ਨਹੀਂ, ਮੁੱਲ ਨਹੀਂ ਮਿਲੇਗਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਗੁਰੂ ਦਾ ਉਪਦੇਸ਼ ਜਿਹੜਾ ਹੈ। ਸੋ ਉਹ ਕਹਿਣ ਲੱਗੇ ਵੀ ਮੁੱਲ ਤੋਂ ਰਹਿਤ ਹੈ ਇਹ ਨਾਮ ਰੂਪੀ ਧਨ, ਮੁੱਲ ਨਹੀਂ ਖਰੀਦਿਆ ਜਾਂਦਾ, ਜੇ ਮੁੱਲ ਖਰੀਦਿਆ ਜਾਂਦਾ ਹੋਵੇ ਤਾਂ ਗੁਰਮੁਖੋ ਬੜੇ ਬੜੇ ਧਨਾੜ ਦੁਨੀਆ 'ਤੇ ਪੈ, ਉਹ ਫਿਰ ਨਾਮ ਨੂੰ ਮੁੱਲ ਖਰੀਦ ਲੈਂਦੇ।
ਮਹਾਰਾਜ ਕਹਿੰਦੇ ਨਹੀਂ ਭਾਈ, ਮੁੱਲ ਨਹੀਂ ਪਾਇਆ ਜਾਂਦਾ ਹੈ, ਤੇ ਨਾ ਹੀ ਕੋਈ ਹੱਟੀ ਹੈ, ਕੋਈ ਦੁਕਾਨ ਨਹੀਂ, ਕੋਈ ਬਾਜ਼ਾਰ ਨਹੀਂ ਹੈ। ਤੁਸੀਂ ਚਲੇ ਜਾਓ ਸਰਾਫ ਦੀ ਦੁਕਾਨ 'ਤੇ, ਸੁਨਿਆਰੇ ਦੀ ਦੁਕਾਨ 'ਤੇ, ਬਜਾਜੀ ਕੋਲ ਚਲੇ ਜਾਓ ਵੀ ਲਓ ਭਾਈ ਇੰਨੇ ਪੈਸੇ ਲੈ ਕੇ ਅਤੇ ਨਾਮ ਦੇ ਦੇ। ਮਹਾਰਾਜ ਕਹਿੰਦੇ ਹੱਟੀ ਹੈ ਹੀ ਕੋਈ ਨਹੀਂ ਨਾਮ ਦੇ ਸੌਦੇ ਦੇ, ਜਦੋਂ ਹੱਟ ਹੀ ਕੋਈ ਨਹੀਂ ਹੈ ਤਾਂ ਫਿਰ ਖਰੀਦੇਗਾ ਕਿਵੇਂ। ਸੋ ਪਾਤਸ਼ਾਹ ਕਹਿਣ ਲੱਗੇ ਵਰਜਨ ਲੀਜੈ ਹਾਟ, ਐਸੀ ਕੋਈ ਹੱਟੀ ਨਹੀਂ ਜਿੱਥੋਂ ਇਹ ਨਾਮ ਮੁੱਲ ਮਿਲ ਜਾਵੇ। ਸੋ ਮਹਾਰਾਜ ਪ੍ਰਤੱਖ ਹੱਟੀ ਵੀ ਕੋਈ ਐਸੀ ਨਹੀਂ ਹੈ। ਨਾਨਕ ਪੂਰਾ ਤੋਲ ਹੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੋਲ ਕਹੀਏ ਵਿਚਾਰ, ਗੁਰੂ ਦੇ ਕੋਲ ਪੂਰਾ ਵਿਚਾਰ ਹੈ ਭਾਈ, ਵਿਚਾਰ ਰੂਪੀ ਵੱਟਾ ਗੁਰੂ ਪਾਤਸ਼ਾਹ ਦੇ ਕੋਲ ਹੈ। ਤੇ ਉਹ ਫਿਰ ਕਦੇ ਵੀ ਘਟਦਾ ਨਹੀਂ, ਐਸੀ ਦਾਤ ਮਹਾਰਾਜ ਬਖਸ਼ਿਸ਼ ਕਰਦੇ ਹਨ। ਚੌਥਾ ਨਾਮ ਵਿਹੂਣੇ ਭਰਮ ਸਾ, ਜਿਹੜੇ ਨਾਮ ਤੋਂ ਵਿਹੂਣੇ ਨੇ, ਨਾਮ ਤੋਂ ਖਾਲੀ। ਸੋ ਪਾਤਸ਼ਾਹ ਕਹਿੰਦੇ ਉਹ ਭਰਮਦੇ ਰਹਿਣਗੇ, ਕਿੱਥੇ ਭਰਮ, ਜਿਵੇਂ ਵਾਪ ਰੋਲਾ ਨਹੀਂ ਗੁਰਮੁਖ ਐਂ ਗੋਲ ਗੋਲ ਚੱਕਰ ਕੱਢਦਾ ਭੱਜਿਆ ਹੀ ਜਾਂਦਾ, ਇਸ ਤਰ੍ਹਾਂ ਵਾਪ ਰੋਲੇ ਵਾਂਗੂ ਭਰਮਦੇ ਹੀ ਰਹਿਣਗੇ। ਇੱਕ ਜੂਨ ਵਿੱਚ, ਦੂਜੀ ਜੂਨ ਵਿੱਚ, ਤੀਜੀ ਜੂਨ, ਜਨਮਾਂ ਵਿੱਚ ਹੀ ਤੁਰੇ ਫਿਰਨਗੇ। ਨਾਮ ਤੋਂ ਵਿਹੂਣੇ ਜਿਹੜੇ ਖਾਲੀ ਨੇ ਉਹ ਜਨਮਾਂ ਵਿੱਚ ਹੀ ਭਰਮਦੇ ਰਹਿੰਦੇ ਹਨ। ਨਿਤਾ ਪ੍ਰਤੀ ਕਦੇ ਜਨਮ ਮਿਲ ਗਿਆ, ਫਿਰ ਮੌਤ ਹੋ ਗਈ, ਫਿਰ ਜਨਮ ਮਿਲ ਗਿਆ, ਫਿਰ ਮੌਤ ਹੋ ਗਈ, ਬਸ 84 ਦੇ ਚੱਕਰਾਂ ਵਿੱਚ ਹੀ ਪਾਇਆ ਹੋਇਆ। ਸੋ ਕਦੇ ਜੰਮਣਾ, ਕਦੇ ਮਰਨਾ, ਇਹ ਲੰਮੀ ਖੇਡ ਵਿੱਚ ਉਹ ਪਾਇਆ ਹੋਇਆ, ਜਿਹੜੀ ਕਦੀ ਮੁੱਕਦੀ ਨਹੀਂ ਹੈ। ਸੋ ਕਹਿਣ ਲੱਗੇ ਇੱਕ ਅਗਿਆਨੀ ਪੁਰਸ਼ ਬੱਧੇ ਹੋਏ ਬਿਲਕੁਲ ਐਂ ਘੁੱਟ ਕੇ, ਇਹ ਕੋਣ ਹੈ ਜਿਹੜੇ ਥੋੜ੍ਹੇ ਜਿਹੇ ਢਿੱਲੇ ਹਨ। ਇੱਕ ਸੁਖੀ ਨੇ, ਗਿਆਨਵਾਨ ਜਿਨ੍ਹਾਂ ਦੀ ਰੱਬ ਦੇ ਵਿੱਚ ਪ੍ਰੀਤੀ ਹੈ। ਗੁਰਮੁਖੋ ਇੱਕ ਉਦਾਹਰਨ ਦਿੰਦੇ ਮਹਾਰਾਜ ਸਮਝਾਉਣ ਵਾਸਤੇ, ਇੱਕ ਮੌਲੀ ਨਾਮ ਦਾ ਧਾਗਾ ਹੁੰਦਾ, ਜਦੋਂ ਕੋਈ ਵਿਆਹ ਦਾ ਕਾਰਜ ਹੋਵੇ ਤਾਂ ਲੋਕ ਮੌਲੀਆਂ ਲਿਆ ਕੇ ਬੰਨਦੇ ਆ, ਪਰੰਪਰਾ ਵੀ ਇਹ ਖੁਸ਼ੀ ਦਾ ਕਾਰਜ ਹੈ। ਸੋ ਮਹਾਰਾਜ ਕਹਿੰਦੇ ਮੌਲੀ ਜਿਹੜੀ ਹੈ ਨਾ, ਉਹ ਜਦੋਂ ਲਿਆਂਦੀ ਜਾਂਦੀ ਹੈ, ਜਿਸ ਜਗ੍ਹਾ ਦੇ ਉੱਪਰ ਘੁੱਟ ਕੇ ਉਹਨੂੰ ਬੰਨਿਆ ਜਾਵੇ, ਉਸ ਜਗ੍ਹਾ ਦੇ ਉੱਪਰ ਉਹਦਾ ਰੰਗ ਨਹੀਂ ਚੜ੍ਹਦਾ। ਜੇ ਘੁੱਟ ਕੇ ਬੰਨੀਏ ਤਾਂ ਉਹ ਰੰਗ ਨਹੀਂ ਛੱਡਦੀ ਹੈ, ਅਤੇ ਜੇ ਉਹਨੂੰ ਥੋੜ੍ਹਾ ਜਿਹਾ ਢਿੱਲਾ ਕਰਕੇ ਬੰਨੀਏ ਫਿਰ ਉਹਦੇ ਧਾਗੇ ਦਾ ਰੰਗ ਡੱਬ ਖੜੱਬਾ ਜਿਹਾ ਹੋ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਭਾਈ ਇਹ ਤਾਂ ਇੱਕ ਉਦਾਹਰਨ ਤੁਹਾਨੂੰ ਦਿੱਤੀ ਸਮਝਾਉਣ ਵਾਸਤੇ। ਇਸ ਤਰ੍ਹਾਂ ਜਿਹੜੇ ਅਗਿਆਨੀ ਪੁਰਸ਼ ਨੇ, ਜਿਹੜੇ ਮਾਇਆ ਦੇ ਵਿੱਚ ਐਂ ਚੰਗੀ ਤਰ੍ਹਾਂ ਘੁੱਟ ਕੇ ਬੱਧੇ ਹੋਏ, ਉਹਨਾਂ ਨੂੰ ਫਿਰ ਨਾਮ ਦਾ ਰੰਗ ਨਹੀਂ ਚੜ੍ਹਦਾ ਹੈ। ਜਿਵੇਂ ਮੌਲੀ ਘੁੱਟ ਕੇ ਬੱਧੀ ਹੈ ਨਾ, ਮੌਲੀ ਦਾ ਰੰਗ ਨਹੀਂ ਚੜ੍ਹੇਗਾ। ਜਿਹੜੇ ਮਾਇਆ ਦੀ ਮੌਲੀ ਵਿੱਚ ਬੱਧੇ ਹੋਏ ਉਹਨਾਂ ਨੂੰ ਨਾਮ ਦਾ ਰੰਗ ਨਹੀਂ ਚੜ੍ਹਦਾ, ਜਿੰਨਾ ਮਰਜ਼ੀ ਨਾਮ ਉਹਨਾਂ ਦੇ ਕੋਲ ਕਹੀ ਜਾਓ, ਜਪੀ ਜਾਓ, ਨਹੀਂ ਨਾਮ ਦਾ ਰੰਗ ਨਹੀਂ ਕਦੇ ਚੜ੍ਹਦਾ ਹੈ। ਸੋ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਸਿੱਖ ਸੇਵਾ ਕਰਦੇ, ਇੱਕ ਨਵਾਂ ਸਿੱਖ ਆਇਆ ਬੜੀ ਭਾਵਨਾ ਨਾਲ ਸੇਵਾ ਕਰਦਾ, ਦਿਨੇ ਰਾਤ ਹੁਕਮ ਦੇ ਵਿੱਚ ਹੀ ਸੇਵਾ ਭਾਵਨਾ। ਜਿਹੜੇ ਦੂਜੇ ਪੁਰਾਣੇ ਸਿੱਖ ਸਨ ਉਹ ਈਰਖਾ ਕਰਨ ਲੱਗ ਪਿਆ ਵੀ ਇਹ ਕੱਲ੍ਹ ਆਇਆ ਤੇ ਬਹੁਤਾ ਅੱਗੇ ਅੱਗੇ ਹੋ ਕੇ ਸੇਵਾ ਕਰਦਾ, ਅਸੀਂ ਦਾ ਸੇਵਾ ਨਹੀਂ ਕਰਦੇ, ਸਾਨੂੰ ਦਾ ਸੇਵਾ ਨਹੀਂ ਕਰਨੀ ਆਉਂਦੀ। ਇਸ ਤਰ੍ਹਾਂ ਦੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਹੁਜਤਾਂ ਕਰਨੀਆਂ। ਸੋ ਕਈ ਤਰ੍ਹਾਂ ਦੇ ਉਹਨਾਂ ਨੇ ਉਹਦੇ ਉੱਪਰ ਦੋਸ਼ ਵੀ ਲਾ ਦੇਣੇ, ਬੁਰਾ ਚੰਗਾ ਵੀ ਬੋਲ ਦੇਣਾ। ਮਹਾਰਾਜ ਨੇ ਪੁੱਛਣਾ ਵੀ ਸਿੱਖਾ ਕੋਈ ਹੈ ਗੱਲ, ਉਹਨੇ ਕਹਿਣਾ ਨਹੀਂ ਮਹਾਰਾਜ ਕੋਈ ਨਹੀਂ। ਫਿਰ ਸਤਿਗੁਰਾਂ ਨੇ ਜਾਣਿਆ ਵੀ ਇਹ ਸਿੱਖ ਅਤੇ ਨਿਮਰਤਾ ਵਾਲਾ ਭਾਵਨਾ ਨਾਲ ਸੇਵਾ ਕਰਦਾ, ਇਹ ਈਰਖਾ ਕਰਦਾ। ਮਹਾਰਾਜ ਨੇ ਫਿਰ ਬੁਲਾਇਆ ਉਹਨਾਂ ਨੂੰ ਕੋਲ, ਕਹਿਣ ਲੱਗੇ ਤੁਹਾਡੇ ਮਨ ਵਿੱਚ ਵਿਚਾਰ ਇਹ ਹੈ ਅਸੀਂ ਬੜੇ ਸਾਲਾਂ ਤੋਂ ਸੇਵਾ ਕਰਦੇ, ਇਹ ਜੇ ਕੱਲ੍ਹ ਆਇਆ ਹੈ ਤੁਹਾਡੇ ਮਨ ਵਿੱਚ ਇਹ ਮਾਣ ਹੈ। ਕਹਿੰਦੇ ਜਾਓ ਇੱਕ ਪੱਥਰ ਲੈ ਕੇ ਆਓ। ਪੱਥਰ ਲਿਆਂਦਾ ਗਿਆ, ਪਾਣੀ ਦੇ ਭਾਂਡੇ ਵਿੱਚ ਪੱਥਰ ਰੱਖਿਆ ਗਿਆ ਅਤੇ ਉਹਦੇ ਵਿੱਚ ਕਹਿੰਦੇ ਇੱਕ ਪਤਾਸਾ ਸੁੱਟ ਦਿਓ। ਪਤਾਸਾ ਵੀ ਸੁੱਟ ਦਿੱਤਾ। ਕੁਝ ਸਮਾਂ ਮਹਾਰਾਜ ਬਚਨ ਬਲਾਸ ਕਰਦੇ ਰਹੇ, ਕਹਿਣ ਲੱਗੇ ਲਿਆਓ ਭਾਈ ਪਾਣੀ ਵਿੱਚੋਂ ਪਤਾਸਾ ਕੱਢ ਕੇ ਲਿਆਓ।
ਜਦੋਂ ਕੱਢਣ ਵਾਸਤੇ ਗਏ ਕੀ ਵੇਖਿਆ, ਪਤਾਸਾ ਹੈ ਹੀ ਕੋਈ ਨਹੀਂ। ਕਹਿੰਦੇ ਮਹਾਰਾਜ ਉਹ ਤਾਂ ਪਾਣੀ ਵਿੱਚ ਹੀ ਖੁਰ ਗਿਆ। ਪਾਤਸ਼ਾਹ ਕਹਿੰਦੇ ਫਿਰ ਇਸ ਤਰ੍ਹਾਂ ਕਰੋ ਵੀ ਪੱਥਰ ਕੱਢ ਕੇ ਲਿਆਓ। ਪੱਥਰ ਲਿਆਂਦਾ, ਉਸੇ ਤਰ੍ਹਾਂ ਹੀ ਕੱਢ ਕੇ। ਮਹਾਰਾਜ ਕਹਿੰਦੇ ਮਾੜਾ ਜਿਹਾ ਖਰੀਦੋ ਇਸ ਨੂੰ। ਮਾੜਾ ਜਿਹਾ ਖਰੀਦਿਆ, ਜਦੋਂ ਉਹ ਥੱਲਿਓਂ ਸੁੱਕਾ ਹੀ ਉਸੇ ਤਰ੍ਹਾਂ, ਉੱਪਰ ਉੱਪਰ ਹੀ ਮਾੜਾ ਜਿਹਾ ਪਾਣੀ ਲੱਗਿਆ ਵਿੱਚੋਂ ਸੁੱਕਾ। ਪਾਤਸ਼ਾਹ ਨੇ ਫਿਰ ਸਮਝਾਇਆ, ਕਹਿਣ ਲੱਗੇ ਕਈਆਂ ਦਾ ਸੁਭਾਅ ਪੱਥਰ ਵਰਗਾ ਹੈ। ਇਹ ਪੱਥਰ ਭਾਵੇਂ 100 ਸਾਲ ਪਾਣੀ 'ਚ ਪਿਆ ਰਹੇ, ਇਹਨੇ ਇਸ ਤਰ੍ਹਾਂ ਸੁੱਕੇ ਹੀ ਰਹਿਣਾ, ਇਹਦੇ ਅੰਦਰ ਪਾਣੀ ਜਾਣਾ ਹੀ ਨਹੀਂ। ਅਤੇ ਪਤਾਸਾ 5 ਮਿੰਟਾਂ 'ਚ ਹੀ ਖੁਰ ਗਿਆ। ਕਈਆਂ ਦਾ ਸੁਭਾਅ ਐਸਾ ਹੈ ਵੀ ਗੁਰੂ ਦੇ ਕੋਲ ਆ ਕੇ ਗੁਰੂ ਵਾਲੇ ਝੱਟ ਹੀ ਬਣ ਗਏ, ਉਪਦੇਸ਼ ਵੀ ਕਮਾ ਲਿਆ, ਜੀਵਨ ਵੀ ਉਹਨਾਂ ਦਾ ਸਫਲਾ ਹੋ ਗਿਆ। ਅਤੇ ਕੁਝ ਐਸੇ ਨੇ ਜਿਹੜੇ ਪੱਥਰ ਵਰਗੇ, ਸਾਰੀ ਜ਼ਿੰਦਗੀ ਉਹਨਾਂ ਨੇ ਕੱਢ ਦਿੱਤੀ ਗੁਰੂ ਦੇ ਕੋਲ, ਨਾ ਕੋਈ ਭਾਵਨਾ, ਨਾ ਕੋਈ ਸ਼ਰਧਾ, ਨਾ ਕੋਈ ਪ੍ਰੇਮ, ਨਾ ਕੋਈ ਕਮਾਈ, ਸਗੋਂ ਈਰਖਾ ਭਰੀ ਹੋਈ ਮਨ ਦੇ ਵਿੱਚ, ਅਤੇ ਇਸੇ ਤਰ੍ਹਾਂ ਦੁਵੈਸ਼ ਭਰੀ ਹੋਈ ਮਨ ਦੇ ਵਿੱਚ। ਗੁਰੂ ਘਰ ਬੈਠੇ ਵੀ ਈਰਖਾ ਕਰੀ ਜਾਣਗੇ ਕਿਸੇ ਨਾ ਕਿਸੇ ਦੇ ਨਾਲ, ਸੁਭਾਅ ਹੀ ਐਸਾ ਬਣ ਗਿਆ ਹੈ। ਮਹਾਰਾਜ ਕਹਿਣ ਲੱਗੇ ਭਾਈ, ਸੋ ਇਹ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਜਿਵੇਂ ਮਾਇਆ, ਜਿਵੇਂ ਮੌਲੀ ਦੇ ਨਾਲ ਘੁੱਟ ਕੇ ਬੰਨ੍ਹੇ ਨੂੰ ਰੰਗ ਨਹੀਂ ਚੜ੍ਹਦਾ ਹੈ, ਇਸੇ ਤਰ੍ਹਾਂ ਭਾਈ ਜਿਹੜੇ ਮਾਇਆ ਦੇ ਘੁੱਟ ਕੇ ਬੰਨ੍ਹੇ ਹੋਏ, ਉਹਨਾਂ ਨੂੰ ਨਾਮ ਦਾ ਰੰਗ ਨਹੀਂ ਚੜ੍ਹਦਾ। ਭਾਵੇਂ ਉਹ ਗੁਰੂ ਕੋਲ ਕਿੰਨਾ ਵੀ ਸਮਾਂ ਬੈਠੇ ਰਹਿਣ, ਉਹ ਨਾਮ ਦੀ ਕਮਾਈ ਨਹੀਂ ਕਰਦੇ ਹਨ। ਇੱਕ ਸੁਖੀਏ ਹਰ ਪ੍ਰੀਤ, ਅਤੇ ਦੂਜੇ ਪਾਸੇ ਜਿਨ੍ਹਾਂ ਨੂੰ ਨਾਮ, ਜਿਹੜੇ ਢਿੱਲੇ ਨੇ ਜਗਿਆਸੂ, ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਨਾਮ ਦਾ ਰੰਗ ਚੜ੍ਹ ਜਾਂਦਾ ਹੈ। ਅਤੇ ਇੱਕ ਸੁਖੀਏ, ਇੱਕ ਨੇ ਗਿਆਨਵਾਨ, ਉਹਨਾਂ ਨੂੰ ਤਾਂ ਫਿਰ ਪੂਰਾ ਹੀ ਨਾਮ ਦਾ ਰੰਗ ਚੜ੍ਹ ਗਿਆ। ਰਾਮ ਰੰਗ ਕਦੇ ਉਤਰ ਨਾ ਜਾਏ, ਐਸੀ ਉਹਨਾਂ ਦੀ ਅਵਸਥਾ ਹੈ। ਨਾਮ ਦੇ ਰੰਗ ਨੂੰ ਐ ਕਮਾਈ ਕਰਕੇ ਜਪਦੇ ਹਨ। ਨਾਨਕ ਸੱਚਾ ਮੰਨ ਲੈ, ਇਸ ਕਰਕੇ ਭਾਈ ਸੱਚੇ ਨਾਮ ਨੂੰ ਮੰਨ ਲੈਣਾ ਕਰ, ਸੱਚੇ ਨਾਮ ਨੂੰ ਜਪਿਆ ਕਰ। ਨਾਮ ਜਪਣਾ ਬੜਾ ਜ਼ਰੂਰੀ ਹੈ, ਇਹੋ ਹੀ ਨਾਲ ਜਾਣਾ। ਆ ਜਿਹੜੀਆਂ ਦੁਨਿਆਵੀ ਕਮਾਈਆਂ ਆਪਾਂ ਕਰਦੇ ਪਏ ਨਾ, ਇਹ ਤਾਂ ਬਾਅਦ ਵਿੱਚ ਇਵੇਂ ਕਹਿਣ ਦੀਆਂ ਗੱਲਾਂ ਰਹਿ ਜਾਣੀਆਂ। ਜਦੋਂ ਮੈਂ ਜਵਾਨ ਹੁੰਦਾ ਸੀ ਉਦੋਂ ਮੈਂ ਇਹ ਕੰਮ ਕਰਦਾ ਸੀ, ਮੈਂ ਇੰਨੀ ਜਾਇਦਾਦ ਬਣਾ ਲਈ ਹੈ, ਮੈਂ ਇੰਨੇ ਘਰ ਬਣਾ ਲਏ, ਇਹ ਤਾਂ ਕੇਵਲ ਕਹਿਣ ਦੀਆਂ ਗੱਲਾਂ ਰਹਿਣੀਆਂ। ਇਹਦੇ ਵਿੱਚੋਂ ਨਾਲ ਤਾਂ ਕੁਝ ਵੀ ਨਹੀਂ ਜਾਵੇਗਾ। ਨਾਲ ਜਾਵੇਗਾ ਜਿਹੜਾ ਤੂੰ ਸਵੇਰੇ ਨਿਤਨੇਮ ਕਰਕੇ ਆਇਆ ਹੈ, ਨਾਲ ਉਹ ਜਾਵੇਗਾ ਜਿਹੜਾ ਸੰਗਤ ਵਿੱਚ ਇੱਥੇ ਤੂੰ ਬੈਠਾ ਆ ਕੇ, ਇਹ ਨਾਲ ਜਾਣਾ ਹੈ। ਮਹਾਰਾਜ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕੰਮ, ਹੋਰ ਕੰਮ ਜਿੰਨੇ ਨੇ ਉਹ ਤੇਰੇ ਕੰਮ ਨਹੀਂ। ਮਿਲ ਸਾਧ ਸੰਗਤ ਭੱਜ, ਕੇਵਲ ਨਾਮ ਸੰਗਤ ਵਿੱਚ ਬੈਠ ਕੇ ਜੇ ਨਾਮ ਜਪਿਆ ਹੋਵੇਗਾ ਉਹ ਤੇਰੇ ਕੰਮ ਆਉਣਾ ਹੈ। ਗੱਲੀ ਅੱਲ ਪਲਾਲੀਆਂ ਕੰਮ ਨਾ ਆਵੇ ਮਿੱਤ, ਇਹ ਮਹਾਰਾਜ ਦੇ ਬਚਨ। ਸਿਕੰਦਰ ਨੇ ਵੀ ਆਖਿਆ ਸੀ ਨਾ, ਮੇਰੇ ਹੱਥ ਨੰਗੇ ਕਰ ਦਿਓ, ਮੇਰੇ ਪੈਰ ਨੰਗੇ ਕਰ ਦਿਓ, ਮੈਨੂੰ ਜਦੋਂ ਮੜੀਆਂ 'ਚ ਲੈ ਕੇ ਜਾਓਗੇ। ਅਤੇ ਵਜ਼ੀਰਾਂ ਨੇ ਪੁੱਛਿਆ ਕਾਰਨ ਕੀ ਹੈ, ਕਹਿਣ ਲੱਗਾ ਦੁਨੀਆਂ ਨੂੰ ਦੱਸਾਂ, ਦੁਨੀਆਂ ਜਿੱਤਣ ਦੀ ਇੱਛਾ ਰੱਖਦਾ ਸੀ ਪਰ ਅੱਜ ਖਾਲੀ ਹੱਥ ਚੱਲਿਆ, ਖਾਲੀ ਪੈਰ ਚੱਲਿਆ। ਇਹ ਸਮਝਾਇਆ ਉਸਨੇ ਸਾਰੀ ਦੁਨੀਆਂ ਨੂੰ ਵੀ ਐਸੀ ਹਾਲਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਹ ਦੁਨੀਆਂ ਵਿੱਚ ਜਿਹੜੀ ਕਮਾਈ ਕਰਦਾ ਪਿਆ, ਕਹਿਣ ਦੀਆਂ ਗੱਲਾਂ ਰਹਿਣੀਆਂ ਵੀ ਸਾਡੇ ਬਾਪੂ ਨੇ ਵੇਖੋ ਇੰਨੀ ਕਮਾਈ ਕੀਤੀ ਹੈ, ਸਾਨੂੰ ਆਹ ਬਣਾ ਕੇ ਦਿੱਤਾ। ਜਾਂ ਬਾਪੂ ਕਹੇਗਾ ਵੀ ਮੈਂ ਆਪਣੇ ਬੱਚਿਆਂ ਵਾਸਤੇ ਵੇਖੋ ਇੰਨੀਆਂ ਕੁਰਬਾਨੀਆਂ ਭੁੱਖਾ ਪਿਆਸਾ ਰਹਿ ਕੇ ਕੀਤੀਆਂ, ਪਰ ਇਹਦੇ ਵਿੱਚੋਂ ਨਾਲ ਨਹੀਂ ਕੁਝ ਵੀ ਜਾਏਗਾ। ਜੇ ਤੇਰੀ ਜੇਬ ਦੇ ਵਿੱਚ ਕੋਈ ਥੋੜ੍ਹੇ ਬਹੁਤੇ ਰੁਪਈਏ ਵੀ ਹੋਣਗੇ ਨਾ, ਜਿੱਦਣ ਤੇਰੀ ਜਾਨ ਨਿਕਲਣੀ ਹੈ ਨਾ, ਪਹਿਲਾਂ ਤੇਰੀ ਜੇਬ ਦੇ ਵਿੱਚੋਂ ਪਰਸ ਕੱਢਿਆ ਜਾਣਾ, ਬਟੂਆ ਕੱਢੋ ਬਾਪੂ ਦਾ, ਇਹਦੇ ਵਿੱਚ ਕਿੰਨੇ ਗੁਣੇ ਕੱਢ ਲਈਏ, ਮੁੜ ਕੇ ਰਿਸ਼ਤੇਦਾਰ ਆ ਜਾਣਗੇ, ਫਿਰ ਚੰਗਾ ਜਿਹਾ ਨਹੀਂ ਲੱਗੇਗਾ। ਜੇ ਤੂੰ ਹੱਥ ਵਿੱਚ ਕੋਈ ਛਾਪ ਛੱਲਾ ਵੀ ਪਾਇਆ ਨਾ, ਉਹ ਵੀ ਉਸੇ ਵੇਲੇ ਕੱਢ ਕੇ ਰੱਖ ਲੈਣਾ, ਵੰਡੀ ਪੈਣੀ ਹੈ ਵੀ ਇਹ ਮੇਰੇ ਸਹੁਰਿਆਂ ਵੱਲੋਂ ਪਿਆ ਸੀ, ਬਾਪੂ ਨੂੰ ਇਹ ਰੱਖ ਲਈਏ, ਆਪਣਾ ਹੈ। ਆ ਦੂਜੀ ਮੁੰਦਰੀ ਛੋਟੇ ਭਰਾ ਵੱਲੋਂ ਪਈ ਹੈ, ਉਹਨੂੰ ਦੇ ਦਿਆਂਗੇ। ਉਸੇ ਵੇਲੇ ਲੈ ਜਾਂਦੇ ਸਾਰੇ ਗਹਿਣੇ ਗੱਟੇ ਮਿੰਟੋ ਮਿੰਟੀ। ਸੋ ਮਹਾਰਾਜ ਕਹਿਣ ਲੱਗੇ ਹੱਥ ਵਿੱਚ ਪਾਏ ਵੀ ਨਾਲ ਨਹੀਂ ਤੁਰਦੇ, ਅਤੇ ਜੇਬ ਵਿੱਚ ਪਾਏ ਵੀ ਨਾਲ ਨਹੀਂ ਤੁਰਦੇ, ਉਹ ਸਾਰੇ ਹੀ ਰਹਿ ਜਾਂਦੇ।
ਸੋ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਭਾਈ ਇਹ ਵਜਨ ਹੈ ਕਿ ਸੱਚੇ ਨਾਮ ਨੂੰ ਜਪ ਜਿਹਨੇ ਨਾਲ ਜਾਣਾ, ਬਾਕੀ ਤਾਂ ਸਭ ਕੁਝ ਇੱਥੇ ਰਹਿ ਜਾਂਦਾ ਹੈ। ਸੱਚ ਕਰਨੀ ਸੱਚ ਰੀਤ, ਭਗਤੀ ਰੂਪੀ ਕਰਨੀ ਸੱਚੀ ਹੈ ਅਤੇ ਇਸੇ ਤਰ੍ਹਾਂ ਸੱਚੀ ਰੀਤ ਵੀ ਇਹੋ ਹੀ ਹੈ ਜੋ ਰੱਬ ਦੀ ਭਗਤੀ ਨਾਮ ਨੂੰ ਜਪਣਾ ਹੈ। ਗੁਰ ਤੇ ਗਿਆਨ ਪਾਇਆ ਅਤ ਖੜਕਰਾਰਾ, ਕਰਾਰਾ ਕਹੀਏ ਕਰਾਰਾ ਖੜਕਈਏ, ਤਗੜਾ ਖੰਡਾ ਗੁਰੂ ਕੋਲੋਂ ਪਾਇਆ, ਗਿਆਨ ਰੂਪੀ ਤਗੜਾ ਖੰਡਾ ਪ੍ਰਾਪਤ ਕਰ ਲਿਆ ਹੈ ਜਿਹੜਾ ਵਿਕਾਰਾਂ ਨਾਲ ਲੜਨ ਵਾਸਤੇ ਕਾਫੀ ਹੈ। ਦੂਜਾ ਭ੍ਰਮ ਗੜ ਕੱਟਿਆ ਮੋਹ ਲੋਭ ਹੰਕਾਰ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਗਿਆਨ ਰੂਪੀ ਖੰਡੇ ਦੇ ਨਾਲ ਦਵੈਤ ਨੂੰ ਕੱਟ ਦਿੱਤਾ ਹੈ, ਭਰਮ ਨੂੰ ਕੱਟ ਦਿੱਤਾ ਹੈ, ਅਸੀਂ ਕਿਰਪਾ ਕਰਦੇ ਲੋਭ ਨੂੰ ਮਹਾਰਾਜ ਨੇ ਦੂਰ ਕਰ ਦਿੱਤਾ ਹੈ, ਮੋਹ ਨੂੰ ਦੂਰ ਅਤੇ ਹੰਕਾਰ ਨੂੰ, ਇਹ ਗਿਆਨ ਦਾ ਹੀ ਖੰਡਾ ਹੈ। ਮਹਾਰਾਜ ਕਹਿਣ ਲੱਗੇ ਸੋ ਮਰਨੇ 'ਤੇ ਕਿਆ ਡਰਪਣਾ ਜਬ ਹੱਥ ਸੰਧੌਰਾ ਲੀਨ, ਸੰਧੌਰਾ ਨਾਮ ਖੰਡੇ ਦਾ, ਕਹਿੰਦੇ ਜੇ ਹੱਥ ਵਿੱਚ ਸ਼ਸਤਰ ਫੜ ਹੀ ਲਿਆ ਤਾਂ ਫਿਰ ਬੰਦਾ ਜੰਗ 'ਤੇ ਜਾਣ ਤੋਂ ਪਹਿਲਾਂ ਸੋਚੀ ਜਾਵੇ ਕਿਤੇ ਮੈਂ ਮਰ ਹੀ ਨਾ ਜਾਵਾਂ, ਅਤੇ ਫਿਰ ਉਹ ਤੇਰਾ ਹੱਥ ਵਿੱਚ ਖੰਡੇ ਫੜੇ ਦਾ ਕੀ ਕੰਮ ਹੋਇਆ ਭਾਈ। ਜਦੋਂ ਫੜ ਹੀ ਲਿਆ ਸ਼ਸਤਰ ਫਿਰ ਜਾ ਕੇ ਇੱਕ 'ਚ ਵੱਜ ਜਾਂ ਮਰੇਗਾ ਜਾਂ ਮਰੇਗਾ ਕੋਈ ਤਾਂ ਹੋਵੇਗਾ ਨਾ, ਫਿਰ ਕਾਹਦਾ ਸੋਚਣਾ ਅਤੇ ਕਾਹਦਾ ਡਰਨਾ। ਮਹਾਰਾਜ ਕਹਿੰਦੇ ਗਿਆਨ ਰੂਪੀ ਜਦੋਂ ਖੰਡਾ ਫੜ ਹੀ ਲਿਆ ਅਤੇ ਫਿਰ ਤਗੜਾ ਹੋ ਜਾ ਵਿਕਾਰਾਂ ਨਾਲ ਜੰਗ ਕਰਨ ਵਾਸਤੇ, ਗੁਰੂ ਤੇਰੀ ਪਿੱਠ ਨਹੀਂ ਲੱਗਣ ਦਿੰਦਾ ਹੈ। ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ, ਗੁਰਾਂ ਦੇ ਸ਼ਬਦ ਦੀ ਵਿਚਾਰ ਜਿਹਨਾਂ ਕਰਨ ਦੇ ਨਾਲ ਕਹਿੰਦੇ ਨਾਮ ਮਨ ਵਿੱਚ ਵਸ ਜਾਂਦਾ ਹੈ। ਸੱਚ ਸੰਜਮ ਮਤ ਉਤਮਾ ਹਰ ਲੱਗਾ ਪਿਆਰਾ, ਉਹਨਾਂ ਨੂੰ ਸੱਚ ਦੇ ਨਾਲ ਨਾਲ ਸੰਜਮ ਦੀ ਪ੍ਰਾਪਤੀ ਹੋਈ ਹੈ ਅਤੇ ਉਹ ਜਿਹੜੇ ਗੁਰਮੁਖ ਨੇ ਸੋ ਕਹਿਣ ਲੱਗੇ ਸੱਚ ਸੰਜਮ ਕਰਕੇ ਹਰੀ ਦੇ ਨਾਮ ਦੇ ਨਾਲ ਪਿਆਰ ਕਰਦੇ ਹਨ। ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ, ਪਾਤਸ਼ਾਹ ਕਹਿਣ ਲੱਗੇ ਅਸੀਂ ਨਿਸ਼ਚੇ ਕੀਤਾ ਹੈ ਵੀ ਉਹ ਸਿਰਜਣਹਾਰਾ ਪਰਮਾਤਮਾ ਸਾਰੇ ਥਾਵਾਂ 'ਤੇ ਵਰਤ ਰਿਹਾ, ਜਿਹਨੇ ਦੁਨੀਆ ਬਣਾਈ ਹੈ ਨਾ ਉਹ ਦੁਨੀਆ ਦੇ ਹਰੇਕ ਕਣ ਵਿੱਚ ਬੈਠਾ, ਹਰੇਕ ਕੋਨੇ 'ਚ ਬੈਠਾ ਹੈ, ਸਾਰਿਆਂ ਥਾਵਾਂ 'ਤੇ ਉਹਦਾ ਨਿਵਾਸ ਹੈ। ਇਹ ਅਸੀਂ ਆਪਣੇ ਮਨ ਵਿੱਚ ਜਾਣ ਕੇ ਤੁਹਾਨੂੰ ਦੱਸਿਆ ਹੈ, ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫ਼ੀ, ਬਚਨ ਉਪਦੇਸ਼ ਗੁਰੂ ਕਾ ਦਿਓ ਸੱਜਣ ਅਸੀਸੜੀਆਂ, ਸਾਹਿਬ ਸਿਉ ਮੇਲੋ। ਸੱਚ ਸੰਜਮ ਮਤ ਉਤਮਾ ਹਰ ਲੱਗਾ ਪਿਆਰਾ, ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਾਧ ਸੰਗਤ ਦੀ ਬੇਨਤੀ ਹੈ ਕਿ ਅੱਜ ਪੀ ਜੀ ਆਈ ਵਿਖੇ ਲੰਗਰ ਬਣ ਕੇ ਜਾਣਾ, ਗੁਰਦੁਆਰਾ ਸਾਹਿਬ ਤੋਂ ਜਿਨ੍ਹਾਂ ਸੰਗਤਾਂ ਕੋਲ ਸਮਾਂ ਹੋਵੇ ਲੰਗਰ ਬਣਾਉਣ ਦੀ ਸੇਵਾ ਕਰਨ ਦੀ ਕਿਰਪਾਲਤਾ ਕਰਨੀ। 27 ਤਰੀਕ ਤੱਕ ਜਿਹੜੀਆਂ ਸੰਗਤਾਂ ਨੇ ਰਸਤਾਂ ਬਸਤਾਂ ਦੇਣੀਆਂ ਨੇ ਪਹੁੰਚਾਉਣ ਦੀ ਕਿਰਪਾਲਤਾ ਕਰਨੀ। 27 ਤਰੀਕ ਨੂੰ ਪਟਨਾ ਸਾਹਿਬ ਦੀ ਧਰਤੀ 'ਤੇ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਰਸਤਾਂ ਦੀ ਸੇਵਾ ਜਾਣੀ ਹੈ, ਆਪ ਸੰਗਤਾਂ ਸੇਵਾ ਕਰਕੇ